ਮੇਰੀ ਤਾਂ ਕਿਸਮਤ ਹੀ ਮਾੜੀ ਸੀ, ਮੈਂ ਕਿਉਂ ਆਇਆ ਇੱਥੇ? ਕੀ ਲੋੜ ਸੀ ਮੈਨੂੰ? ਹੁਣ ਮੈਨੂੰ ਕੋਈ ਰਾਹ ਨਹੀਂ ਪਾਉਂਦੇ, ਹਰਾਮੇ ਕੀ ਕਰ। ਗੱਲ ਸੁਣ ਲੈ ਮੇਰੀ, ਜ਼ੁਬਾਨ ਤੇ ਕਾਬੂ ਰੱਖ। ਜਿੰਨਾ ਚੁੱਪ ਰਹੇਗਾ ਨਾ ਤੇਰੇ ਲਈ ਓਨਾ ਹੀ ਫਾਇਦਾ ਹੈ। ਆ ਮੂੰਹ ਸਿਰਫ ਤੇ ਸਿਰਫ ਖਾਣਾ ਖਾਣ ਵੇਲੇ ਹੀ ਖੋਲਿਆ ਕਰ। ਮੈਡਮ ਆਉਣ ਵਾਲੇ ਨੇ, ਵਧਘੱਟ ਨਹੀਂ ਬੋਲਣਾ, ਜ਼ੁਬਾਨ ਬੰਦ। ਕਿਉਂ, ਮੈਨੂੰ ਲੱਗਦਾ ਤੇਰੀ ਅਕਲ ਟਿਕਾਣੇ ਆਈ ਨਹੀਂ। ਸਾਈਨ ਕਰਨ ਨੂੰ ਮੰਨਿਆ ਕਿ ਨਹੀਂ? ਮੈਡਮ ਜੀ, ਥੋੜ੍ਹੀ ਜਿਹੀ ਤਿੜਮਿੜ ਜੀ ਕਰਦਾ ਹਲੇ। ਅੱਛਾ, ਮੈਨੂੰ ਲੱਗਦਾ ਤੈਨੂੰ ਆਪਣੀ ਜਾਨ ਪਿਆਰੀ ਨੂੰ ਬੋਲ, ਜ਼ਮੀਨ ਦੇ ਕਾਗਜ਼ਾਂ ਤੇ ਸਾਈਨ ਕਰੇਗਾ ਜਾਂ ਨਹੀਂ? ਮੈਡਮ ਜੀ, ਤੁਹਾਡੇ ਕੋਲ ਹੀ ਹੈ ਸਾਰਾ ਕੁਝ, ਪਰ ਮੇਰੀ ਜਾਨ ਬਖਸ਼ ਦਿਓ, ਮੈਨੂੰ ਜਾਣ ਦਿਓ ਜੀ ਤੁਸੀਂ। ਜਾਨ ਬਖਸ਼ ਦੋ? ਤੂੰ ਸਾਨੂੰ ਜ਼ਮੀਨ ਬਖਸ਼ ਦੇ, ਅਸੀਂ ਤੇਰੀ ਜਾਨ ਬਖਸ਼ ਦਿੰਦੇ ਹਾਂ, ਹਿਸਾਬ ਕਿਤਾਬ ਬਰਾਬਰ। ਤੂੰ ਸਾਨੂੰ ਜ਼ਮੀਨ ਬਖਸ਼ ਦੇ, ਮੈਂ ਤੇਰੀ ਜਾਨ ਬਖਸ਼ ਦਿੰਦੀ ਹਾਂ, ਕਿਉਂ, ਹਿਸਾਬ ਕਿਤਾਬ ਬਰਾਬਰ। ਮੈਡਮ ਜੀ, ਮੇਰੇ ਬੱਚਿਆਂ ਜੋਗੀ ਤਾਂ ਜ਼ਮੀਨ ਛੱਡ ਦੋ, ਉਹ ਕਿੱਥੇ ਜਾਣਗੇ ਜੀ? ਉਹ ਤਾਂ ਰੁਲ ਜਾਣਗੇ, ਜ਼ਮੀਨ ਤਾਂ ਮੇਰਾ ਕੁਛ ਹੈ ਹੀ ਵੀ ਨਹੀਂ ਬਿਨਾਂ ਜੀ, ਮੈਨੂੰ ਬਖਸ਼ ਦੋ ਜੀ। ਰਾਣੀ, ਪੇਪਰ ਲੈ ਕੇ ਆ। ਜੀ ਮੈਡਮ। ਅੱਜ ਤੋਂ ਬਾਅਦ ਤੇਰੀ ਸਾਰੀ ਜ਼ਮੀਨ ਮੇਰੀ, ਸਿਰਫ ਮੇਰੀ। ਓ ਵੈਰੀ ਗੁੱਡ। ਓਹੋ ਲੈ ਲੈ, ਫੜ ਕਰ ਸਾਈਨ। ਹੈਲੋ, ਸਾਈਨ ਇੱਥੇ ਕਰ। ਰੋ, ਆਪਣੀ ਕਿਸਮਤ ਨੂੰ ਰੋ। ਓ ਹੈਲੋ, ਕੰਮ ਕਰਨੇ ਅੱਜ ਤੋਂ ਤੂੰ ਸਾਰੇ, ਅੱਜ ਤੋਂ ਤੂੰ ਮੇਰਾ ਗੁਲਾਮ। ਲੱਗੀ ਸਮਝ ਤੈਨੂੰ? ਲੱਗੀ ਜੀ। ਮੇਰੇ ਮੂਹਰੇ ਜਵਾਨ ਚਲਾਉਣ ਦੀ ਕੋਸ਼ਿਸ਼ ਨਾ ਕਰੀ, ਜੇ ਜਵਾਨ ਚਲਾਉਣ ਦੀ ਕੋਸ਼ਿਸ਼ ਕੀਤੀ ਨਾ ਤੇਰੇ ਜਵਾਕਾਂ ਦਾ ਹਾਲ ਪਤਾ ਕੀ ਕਰੂੰਗੀ। ਰਾਣੀ, ਹਾਂਜੀ, ਇਹਨਾਂ ਨੂੰ ਸਮਝਾਓ ਕਿ ਮੈਡਮ ਦਿਲ ਦੀ ਬਿਲਕੁਲ ਵੀ ਮਾੜੀ ਨਹੀਂ, ਮੈਡਮ ਬਹੁਤ ਚੰਗੇ ਨੇ। ਲੱਗੀ ਸਮਝ? ਸਮਝ ਜਾਏਗਾ ਤਾਂ ਚੰਗਾ ਰਹੇਗਾ, ਨਹੀਂ ਤਾਂ ਫਿਰ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਬੜੇ ਟਾਈਮ ਬਾਅਦ ਗੇੜਾ ਮਾਰਿਆ ਅੱਜ, ਕਿਉਂ, ਕੋਈ ਕੰਮ ਸੀ? ਜੇ ਕੋਈ ਕੰਮ ਸੀ ਫਿਰ ਹੀ ਤੁਹਾਡੇ ਕੋਲ ਆਇਆ ਜੀ, ਐਡਾ ਤੁਹਾਡਾ ਨਾਂ ਚੱਲਦਾ ਜੀ, ਕਿਹੜਾ ਬੰਦਾ ਨਹੀਂ ਤੁਹਾਨੂੰ ਜਾਣਦਾ, ਬੱਚਾ ਬੱਚਾ ਤੁਹਾਨੂੰ ਜਾਣਦਾ ਮੈਂ ਜੀ। ਤੁਹਾਡੇ ਵਰਗੇ ਭਾਈ ਭਰਾਵਾਂ ਦੀ ਬਸ ਦਇਆ ਜੀ,
ਆਪਾਂ ਨੂੰ ਤਾਂ ਕੌਣ ਬੱਚਾ ਬੱਚਾ ਜਾਣਨ ਵਾਲਾ? ਨਹੀਂ ਜੀ, ਜਿਹੜਾ ਇਹ ਸਮਾਜ ਸੇਵੀ ਕੰਮ ਹੁੰਦਾ ਨਾ, ਇਹ ਵੀ ਕੋਈ ਕਰ ਸਕਦਾ ਗਾ। ਰਿਕ ਤੋਂ ਇਹ ਵੀ ਨਹੀਂ ਹੁੰਦਾ ਗਾ। ਇਹ ਕਰਨੇ ਨਾ ਪੈਸਾ ਬਹੁਤ ਹੁੰਦਾ ਸਭ ਕੋਲ, ਪਰ ਇਹਦੇ ਵਾਸਤੇ ਨਾ ਪੈਸਾ ਲਾਉਣ ਵਾਸਤੇ ਵੀ ਜਿਗਰਾ ਚਾਹੀਦਾ ਗਾ। ਚਲੋ ਜੀ, ਬਸ ਅਸੀਂ ਤਾਂ ਵਾਹਿਗੁਰੂ ਅੱਗੇ ਤੰਦਰੁਸਤੀ ਮੰਗਦੇ ਹਾਂ ਆਪਣੇ ਭੈਣਾਂ ਭਾਈਆਂ ਦੀ, ਇਸ ਸਮਾਜ ਦੀ, ਇਸ ਸਮਾਜ ਦੇ ਬੱਚਿਆਂ ਦੀ। ਬਸ ਅੱਜ ਆਪਾਂ ਹੈਗੇ ਹਾਂ, ਕੱਲ੍ਹ ਨੂੰ ਨਹੀਂ ਹੈਗੇ। ਉਹ ਤਾਂ ਤੁਹਾਡੀ ਗੱਲ ਠੀਕ ਹੈ ਜੀ, ਪਰ ਪਰਮਾਤਮਾ ਨੇ ਤੁਹਾਨੂੰ ਦੋਨੇ ਚੀਜ਼ਾਂ ਦਿੱਤੀਆਂ, ਪੈਸਾ ਲਾਉਣ ਵਾਸਤੇ ਦਿਲ ਵੀ ਦਿੱਤਾ ਅਤੇ ਪੈਸਾ ਵੀ ਦਿੱਤਾ। ਬਸ ਜੀ, ਤੁਹਾਨੂੰ ਪਤਾ ਆਪਣੇ ਅੱਗੇ ਪਿੱਛੇ ਕੋਈ ਹੈ ਨਹੀਂ, ਮਾਂ ਬਾਪ ਦੀ ਇੰਨੀ ਜਾਇਦਾਦ ਸੀਗੀ, ਆਪਾਂ ਸਮਾਜ ਸੇਵੀ ਕੰਮਾਂ ਵਿੱਚ ਲਾਈ ਜਾਂਦੇ ਹਾਂ, ਹੋਰ ਇੱਥੋਂ ਲੈ ਕੇ ਵੀ ਕੀ ਜਾਣਾ। ਇੱਕ ਬੋਲਬਾਣੀ ਆ ਅਤੇ ਪਿਆਰ ਹੈ। ਤੁਸੀਂ ਹੁਕਮ ਕਰੋ, ਤੁਸੀਂ ਕਿਸ ਕੰਮ ਲਈ ਆਏ ਹੋ? ਬਹੁਤ ਛੋਟਾ ਨਾਂ ਸੁਣਿਆ ਸੀਗਾ, ਮੈਨੂੰ ਬਹੁਤ ਵਧੀਆ ਲੱਗਿਆ। ਤਾਂ ਇਹ ਸੀਗੇ ਜੀ, ਆਪਾਂ ਨੇ ਵਿਆਹ ਕਰਨਾ ਗਰੀਬ ਕੁੜੀ ਨੂੰ, ਇੱਕੀ ਗਰੀਬ ਕੁੜੀ। ਅੱਛਾ ਜੀ। ਉਹਦੇ ਕੋਲ ਆਏ ਸੀਗੇ ਮਾਸਟਰ ਜਾਏ ਕੇ, ਸੁਣਿਆ ਸੀਗਾ ਕਿ ਤੁਸੀਂ ਤਾਂ ਸੌ ਸੌ ਕੁਝ ਦਾ ਇਕੱਠੀ ਦੇ ਵਿਆਹ ਕਰ ਦਿੰਦੇ ਹੋ। ਹਾਂ ਚੱਲ ਆਪਾਂ ਜਾਏ ਉਹਨੇ ਜਾ ਕੇ, ਚੱਲ ਕੋਈ ਗੱਲ ਨਹੀਂ, ਜਿਸ ਦਾ ਪਾ ਸਕਦਾ ਯੋਗਦਾਨ ਪਾ ਦਿਓ, ਚੱਲ ਜਿਸ ਦਾ ਸੱਥ ਹੁੰਦਾ ਅਸੀਂ ਵੀ ਕਰਦੇ ਹਾਂਗੇ, ਚੱਲ ਜਿਸ ਦਾ ਸੁੱਖ ਹੁੰਦਾ ਤੁਸੀਂ ਕਰ ਦਿਓ, ਰਲ ਮਿਲ ਕੇ ਕਹਿੰਦੇ ਮੈਂ ਹੋ ਜਾਂਦਾ। ਜ਼ਰੂਰ ਜੀ, ਕੋਈ ਗੱਲ ਨਹੀਂ। ਰਾਣੀ, 2 ਲੱਖ ਦਾ ਚੈੱਕ ਬਾਈ ਉਹਨਾਂ ਨੂੰ ਕੱਟ ਕੇ ਦੇ ਦਿਓ। ਦੇ ਦੇ ਬਾਈ ਜੀ ਨੂੰ ਚੈੱਕ, ਹੈ ਜੀ। ਅਤੇ ਨਾਲੇ ਜਾਣ ਲੱਗੀ ਕਰ ਮੈਨੂੰ ਸੁਨੇਹਾ ਦੇ ਦੇ, ਮੇਰੇ ਅੱਗੇ ਗੱਲ ਸੁਣ ਕੇ ਜਾਵੇ। ਜਾਓ ਬਾਈ ਜੀ। ਠੀਕ ਹੈ ਜੀ, ਧੰਨਵਾਦ ਜੀ। ਚਾਹ ਪਾਣੀ ਪੀ ਕੇ ਜਾਇਓ। ਕੋਈ ਗੱਲ ਨਹੀਂ, ਆਹ ਵੀ ਚਾਹ ਪਾਣੀ ਵੱਧ ਹੋ ਗਿਆ, ਕੋਈ ਸੋਚਿਆ ਸੀਗਾ ਉਸ ਤੋਂ ਵੱਧ ਮਿਲਿਆ ਸਾਨੂੰ ਇੱਥੇ ਆ ਕੇ। ਜੇ ਕੋਈ ਹੋਰ ਵੀ ਸੇਵਾ ਦੀ ਲੋੜ ਹੋਈ ਦੱਸ ਦਿਓ, ਤੁਹਾਡੀ ਖਾਤਰ ਸਾਡੀ ਜਾਨ ਵੀ ਹਾਜ਼ਰ ਆ। ਲੈ ਜੀ, ਹਜੇ ਕੋਈ ਛੇਤੀ ਲੈ ਗਏ, ਮੈਂ ਤਾਂ ਸੋਚਿਆ ਸੀਗਾ ਕਿ ਚੱਲ 20-30 ਹਜ਼ਾਰ ਦੀ ਮਦਦ ਦੇ ਦੇਣਗੇ, ਆਹ ਤਾਂ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਤੁਸੀਂ ਬਸ ਹੁਣ ਤਾਂ ਮੇਰੇ ਕੋਲ ਵੀ ਕਹਿਣ ਨੂੰ ਕੁਛ ਨਹੀਂ ਕਿਹਾ। 21 ਗਰੀਬ ਲੜਕੀਆਂ ਦਾ ਵਿਆਹ ਕਰਨਾ, ਉਹ 20-30 ਹਜ਼ਾਰ ਨਾਲ ਥੋੜ੍ਹੀ ਸੀ ਹੋਣਾ। ਜਿੰਨੀ ਮੇਰੇ ਵਿੱਚ ਹੈਸੀਅਤ ਆ, ਜਿੰਨੀ ਮੇਰੀ ਔਕਾਤ ਹੈ, ਮੈਂ ਉਹਨਾਂ ਕਰਦਾ। ਚਲੋ ਜੀ, ਔਕਾਤ ਤਾਂ ਸਭ ਦੀ ਹੈ ਜੀ, ਇੱਦਾਂ ਵੀ ਉੱਤੇ ਉੱਤੇ ਲੋਕ ਬੈਠੇ ਆ, ਪਰ ਨਹੀਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਦੱਸ ਕੇ ਹਟਿਆ, ਇਹਦੇ ਵਾਸਤੇ ਜਿਗਰਾ ਚਾਹੀਦਾ, ਪਰ ਨਹੀਂ ਹੁੰਦਾ, ਤੁਹਾਡੇ ਕੋਲ ਦੋਨੇ ਚੀਜ਼ਾਂ ਹੈਗੀਆਂ, ਤਾਂ ਹੀ ਤੁਸੀਂ ਐਡਾ ਦਿਲ ਕੱਢਿਆ ਹੈਗਾ। ਧੰਨਵਾਦ ਜੀ। ਚਲੋ ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋ ਲੱਖ ਦਾ ਕੁੰਡਾ ਕਰਾ ਗਿਆ ਸਵੇਰੇ ਸਵੇਰੇ, ਇਹਨੂੰ ਪਤਾ ਨਹੀਂ ਕਿਹਨੇ ਦੱਸ ਦਿੱਤਾ। ਕਰਮੇ ਕਰਮੇ ਕਰਮੇ। ਹਾਂਜੀ ਮੈਡਮ। ਹਾਂ ਬਸ ਮਾਨ ਸਾਡੇ ਵਿੱਚ ਜਾਈ, ਉੱਥੋਂ ਕਿਸੇ ਨੇ ਤੈਨੂੰ ਅਟੈਚੀ ਫੜਾਉਣਾ, ਉਹ ਫੜ ਕੇ ਲਿਆਈ ਅਤੇ ਅਟੈਚੀ ਖੋਲਣ ਦੀ ਕੋਸ਼ਿਸ਼ ਨਾ ਕਰੀ। ਠੀਕ ਹੈ ਜੀ। ਕੋਈ ਚਲਾਕੀ ਵੀ ਨਾ ਕਰੀ, ਜੇ ਮੈਨੂੰ ਪਤਾ ਲੱਗ ਗਿਆ ਨਾ ਮੇਰੇ ਨਾਲ ਚਲਾਕੀ ਕੀਤੀ ਹੈ, ਤੈਨੂੰ ਪਤਾ ਹੀ ਆ ਫਿਰ ਜਾ। ਠੀਕ। ਰਾਣੀ ਰਾਣੀ। ਹਾਂਜੀ ਮੈਡਮ ਜੀ। ਦੇਤਾ ਚੈੱਕ? ਹਾਂਜੀ ਦੇਤਾ, ਪਰ ਮੈਡਮ ਜੀ ਚੈੱਕ ਦੇਣਾ ਔਖਾ ਬੜਾ ਲੱਗਿਆ। ਚੱਲ ਕੋਈ ਨਹੀਂ, ਜੇ ਆਪਾਂ 2 ਲੱਖ ਦਿੱਤਾ ਨਾ, 5 ਲੱਖ ਕਮਾਵਾਂਗੇ ਇਸੇ ਬੰਦੇ ਤੋਂ, ਤੈਨੂੰ ਲੈ ਕੇ ਦਿਖਾਵਾਂ। ਅੱਛਾ। ਅਤੇ ਕਰਵਾਂਗੇ ਅਟੈਚੀ ਫੰਡ ਮਾਨਸਾ ਅੱਡੇ ਤੋਂ। ਅੱਛਾ। ਜਦੋਂ ਅਟੈਚੀ ਲੈ ਕੇ ਆਇਆ ਤੂੰ ਸੰਭਾਲ ਲੈ। ਅੱਛਾ ਮੇਰੀ ਗੱਲ ਸੁਣ, ਕੋਈ ਨਵਾਂ ਸ਼ਿਕਾਰ ਨਹੀਂ ਫਸਿਆ? ਲੈ ਇਹ ਕਿਹੜੀ ਗੱਲ ਕਰਤੀ ਮੈਡਮ ਜੀ, ਕੋਈ ਗੱਲ ਨਹੀਂ, ਮੈਂ ਮਾਰਿਆ ਨਹੀਂ ਗੇੜਾ ਬਾਜ਼ਾਰ ਦਾ।
ਜਿੰਨੇ ਵੀ ਨਵੇਂ ਗਾਹਕ ਆ ਰਹੇ ਨੇ ਨਾ, ਆ ਜਿਹੜੀਆਂ ਤੋਕੜ ਜਿਹੀਆਂ ਅੰਦਰ ਪੰਜ ਸੱਤ ਬਿਠਾਲ ਰੱਖੀਆਂ, ਉਹ ਕਿਸੇ ਨੂੰ ਵੀ ਖੁਸ਼ ਨਹੀਂ ਕਰਦੀਆਂ। ਇਸ ਕਰਕੇ ਮੈਨੂੰ ਕੋਈ ਨਵਾਂ ਸ਼ਿਕਾਰ ਚਾਹੀਦਾ, ਨਵੀਂ ਕੁੜੀ, ਸੋਹਣੀ ਸੁਨੱਖੀ। ਮੇਰੇ ਕੋਲ ਕੋਈ ਪੈਸੇ ਵਾਲਾ ਬੰਦਾ ਆ ਰਿਹਾ ਅਤੇ ਉਹ ਕਹਿੰਦਾ ਕੁੜੀ ਮੈਨੂੰ ਨਵੀਂ ਚਾਹੀਦੀ ਹੈ। ਇਸ ਕਰਕੇ ਦੇਖੀ ਜੇ ਕੋਈ ਮਿਲਦੀ ਆ ਗਰੀਬ ਘਰ ਦੀ। ਕੋਈ ਗੱਲ ਨਹੀਂ ਮੈਡਮ ਜੀ, ਮੇਰੇ ਹੁੰਦੇ ਟੈਨਸ਼ਨ ਨਾ ਲਈ, ਮੈਂ ਹੁਣੇ ਹੀ ਚੱਲੀ। ਤੇਰੇ ਹੁੰਦੇ ਰਾਣੀ ਕਾਹਦੀ ਟੈਨਸ਼ਨ ਮੈਨੂੰ, ਬਸ ਤੂੰ ਸ਼ਿਕਾਰ ਲਿਆ ਇੱਕ ਵਾਰ। ਕੋਈ ਗੱਲ ਨਹੀਂ, ਮੈਂ ਗਈ ਅਤੇ ਆਈ, ਸ਼ਿਕਾਰ ਨਾ ਵਧੀਆ ਫਸਾ ਕੇ ਲੈ ਗਿਆ ਮੁੱਠੀ 'ਚ। ਚੱਲ ਦੇਖ ਲੈਂਦੇ ਹਾਂ, ਪਰ ਕਈ ਦਿਨ ਹੋ ਗਏ ਮਿਲਿਆ ਨਹੀਂ ਕੋਈ ਸ਼ਿਕਾਰ। ਮੈਡਮ ਜੀ ਬਸ ਆਹੀ ਕੰਮਾਂ ਕਾਰਾਂ ਜਿਹਾ 'ਚ ਉੱਜ ਕੇ ਰਹਿ ਗਈ, ਮੈਥੋਂ ਜਾ ਨਹੀਂ ਹੋਇਆ ਅਸਲ 'ਚ। ਚੱਲ ਕੋਈ ਨਹੀਂ, ਦੇਖ ਕੋਈ ਪਸਾ ਭੋਲਾ ਪੰਛੀ। ਚੱਲ ਠੀਕ, ਉਹ ਬੰਦੇ ਨੇ ਆ ਜਾਣਾ ਫਿਰ, ਉਦੋਂ ਪਹਿਲਾਂ ਪਹਿਲਾਂ ਪ੍ਰਬੰਧ ਕਰ ਲੈ। ਠੀਕ ਹੈ ਜੀ। ਅੱਜ ਸ਼ਿਕਾਰ ਕੋਈ ਆ ਜਾਵੇ ਹੱਥ, ਮੈਂ ਜਿਹੜਾ 2 ਲੱਖ ਦਿੱਤਾ ਪੂਰਾ ਵੀ ਤਾਂ ਕਰਨਾ, ਐ ਮੈਂ 2-2 ਲੱਖ ਲਟਾਉਣ ਲੱਗੀ, ਮੇਰੀ ਤਾਂ ਸਾਰੀ ਜ਼ਮੀਨ ਜਾਂਦੀ ਲੱਗਣੀ। ਰਾਣੀ ਆਈ ਤੇ ਦੇਖਦੇ ਵੀਰੇ ਕਿੰਨੇ ਦੀ ਇਹ ਗੁੱਛੇ? 20 ਰੁਪਿਆਂ ਦੀ। ਬਾਈ ਸਸਤੀ ਜੀ ਲਾ ਲਾ, ਬਾਈ 10 ਰੁਪਿਆਂ ਦੀ ਦੇ ਦੇ ਗੁੱਛੇ। ਲੱਗਦਾ ਇਹ ਕੁੜੀ 10-20 ਰੁਪਈਆਂ ਪਿੱਛੇ ਬਹਿਸ ਕਰ ਰਹੀ ਹੈ, ਇਹ ਮੇਰੇ ਕੰਮ ਆ ਸਕਦੀ ਹੈ, ਦੇਖਦੀ ਹਾਂ ਜਾ ਕੇ। ਸੱਚੀ ਘੱਟ ਹੋਣੀ। ਚੱਲ ਠੀਕ ਹੈ ਬਈ, ਫਿਰ ਮੈਂ ਨਹੀਂ ਲੈਣੀ ਸੋਚੀ। ਗੁੜੀਆ ਕੌਣ? ਹਾਂਜੀ ਸਬਜ਼ੀ ਲੈਣੀ ਹੈ ਬੇਟਾ? ਹਾਂਜੀ ਹਾਂਜੀ। ਕੀ ਗਲਤ ਹੈ, ਸਬਜ਼ੀ ਲਈ ਨੀ, ਤੇਰੇ ਕੋਲ ਪੈਸੇ ਨਹੀਂ ਹੈਗੇ? ਨਹੀਂ ਨਹੀਂ ਪੈਸੇ ਤਾਂ ਹੈਗੇ ਨੇ, ਬਸ ਮੈਂ ਸਬਜ਼ੀ ਲੈਣੀ ਨਹੀਂ। ਓ ਅੱਛਾ, ਪੁੱਤ ਮੈਂ ਪਛਾਣ ਲਿਆ ਤੈਨੂੰ, ਮੈਨੂੰ ਲੱਗਦਾ ਹੈ ਵੀ ਤੇਰੀ ਵੀ ਜ਼ਿੰਦਗੀ ਥੋੜ੍ਹੀ ਜਿਹੀ ਔਖੀ ਹੋ ਲੰਘ ਰਹੀ ਹੈ। ਪੜ੍ਹਦੀ ਹੈ ਪੁੱਤਰ ਤੂੰ? ਹਾਂਜੀ ਮੈਂ ਬਸ +2 ਕਰਕੇ ਹਟ ਗਈ। ਅੱਗੇ? ਨਹੀਂ ਅੱਗੇ ਬਸ, ਓ ਤੁਹਾਨੂੰ ਪਤਾ ਹੀ ਆ ਘਰ ਦੀ ਮਜਬੂਰੀਆਂ ਇਹੋ ਜਿਹੀ ਹੁੰਦੀਆਂ ਨੇ, ਮੈਂ ਤਾਂ ਅੱਗੇ ਪੜ੍ਹਿਆ ਨਹੀਂ ਗਿਆ। ਓ ਅੱਛਾ, ਚੱਲ 1 ਮਿੰਟ ਇੱਧਰ ਤੇਰੇ ਨਾਲ ਗੱਲ ਕਰਨੀ। ਪਰ ਮੈਂ ਤੁਹਾਨੂੰ ਜਾਣਦੀ ਨਹੀਂ, ਮੈਂ ਕੀ ਕੋਈ ਗੱਲ ਕਰਾਂ? ਬੇਟਾ ਤੂੰ ਮੈਨੂੰ ਨਹੀਂ ਜਾਣਦੀ, ਪਰ ਮੈਂ ਤੈਨੂੰ ਜਾਣਦੀ ਹਾਂ, ਕਿਉਂਕਿ ਮੇਰੀ ਉਸ ਵਾਹਿਗੁਰੂ ਨੇ ਡਿਊਟੀ ਲਾਈ ਹੈ ਕਿ ਗਰੀਬ ਕੁੜੀਆਂ ਨੂੰ ਪੜ੍ਹਾਉਣਾ ਲਿਖਾਉਣਾ ਅਤੇ ਉਹਨਾਂ ਨੂੰ ਨੌਕਰੀ ਦਿਵਾਉਣੀ। ਮੇਰੇ ਚਿੱਤ ਨੂੰ ਬੜਾ ਸਕੂਨ ਮਿਲਦਾ ਹੈ। ਆ ਜਾ ਮੇਰੀ ਧੀ, ਇੱਕ ਵਾਰੀ ਗੱਲ ਤਾਂ ਕਰ ਮੇਰੇ ਨਾਲ। ਇੱਥੇ ਬੈਠ ਪੁੱਤ, ਮੇਰੀ ਗੱਲ ਸੁਣ। ਦੇਖ ਮੈਨੂੰ ਪਤਾ ਵੀ ਇਹ ਮਜਬੂਰੀਆਂ ਬਹੁਤ ਵੱਡੀਆਂ ਵੱਡੀਆਂ ਹੁੰਦੀਆਂ ਨੇ, ਤੇਰੇ ਪਰਿਵਾਰ 'ਚ ਕੌਣ ਕੌਣ ਹੈ? ਮੇਰੇ ਪਰਿਵਾਰ 'ਚ ਤਾਂ ਜੀ ਮੇਰੇ ਮਾਂ ਪਿਓ ਤਾਂ ਹੈ ਨਹੀਂ, ਬਸ ਇਕੱਲੀ ਮੇਰੀ ਦਾਦੀ ਆ। ਓ ਫਿਰ ਤਾਂ ਤੂੰ ਬਾਹਲੀ ਦੁਖੀ ਹੈ। ਚੱਲ ਚੱਲ ਕੋਈ ਨਾ ਛੱਡ, ਤੂੰ ਸਮਝ
ਅੱਜ ਤੋਂ ਤੇਰੇ ਸਾਰੇ ਦੁੱਖ ਕੱਟੇ ਗਏ। ਸਾਰੇ ਦੁੱਖ ਕੱਟੇ ਗਏ? ਕੱਟੇ ਗਏ। ਤੁਸੀਂ ਸੱਚੀ ਮੈਨੂੰ ਨੌਕਰੀ ਦਵਾ ਦੋਗੇ? ਲੈ ਸੱਚੀ ਦਵਾਉਂਗੀ। ਜਿਹੜੇ ਮੇਰੇ ਮੈਡਮ ਨੇ ਨਾ ਬੜੇ ਸਾਫ ਦਿਲ ਦੇ ਨੇ, ਬਹੁਤ ਲੋਕਾਂ ਨੂੰ ਨੌਕਰੀ ਦਵਾ ਚੁੱਕੇ ਹੋ, ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੂੰ ਪੜ੍ਹਾ ਲਿਖਿਆ ਕੇ ਜਿਹਨੇ ਪੜ੍ਹਾਈ ਕਰਨੀ ਹੈ ਤੇ ਉਹਨੂੰ ਪੜ੍ਹਾਈ ਵੀ ਕਰਾਉਣੀ ਹੈ ਤੇ ਨੌਕਰੀ ਵੀ ਦਵਾਉਣੀ ਹੈ। ਕਿੰਨੀ ਕੁ ਤਨਖਾਹ ਦੇ ਦੇਣਗੇ ਫਿਰ ਮੈਨੂੰ? ਤੂੰ ਪਲੱਸ ਟੂ ਕੀਤੀ ਹੈ ਨਾ? ਹਾਂਜੀ। ਤੇਰੀ ਯੋਗਤਾ ਦੇ ਹਿਸਾਬ ਨਾਲ ਤੈਨੂੰ ਆਹੀ ਕੋਈ 15-20 ਹਜ਼ਾਰ ਰੁਪਇਆ। 15-20 ਹਜ਼ਾਰ ਰੁਪਇਆ? ਹਾਂ। ਚਲੋ ਫਿਰ ਤੁਸੀਂ ਮਿਲਾ ਦਿਓ ਮੈਨੂੰ ਆਪਣੀ ਮੈਡਮ ਨਾਲ। ਸੱਚੀ? ਹਾਂਜੀ। ਆ ਜਾ ਫਿਰ। ਆ ਜਾਓ ਹੁਣ ਤੁਸੀਂ। ਓਹ ਆ ਗਈ ਆ ਗਈ ਬੇਟਾ। ਹੋਰ ਕਿੰਨੀ ਕੁ ਦੂਰ ਆ ਮੈਡਮ ਜੀ? ਉਹ ਬਸ ਬੇਟਾ ਆ ਗਿਆ ਆਪਣਾ ਘਰ, ਆਪਣੀ ਮੈਡਮ ਦਾ ਘਰ। ਆ ਜਾ ਆ ਜਾ ਬੇਟਾ ਉੱਪਰ ਆ ਜਾ। ਵੈਸੇ ਤੂੰ ਦੇਖ ਕੀ ਰਹੀ ਹੈ? ਮੈਂ ਨਾ ਕਦੇ ਗੱਡੀ ਤੇ ਹੱਥ ਨਹੀਂ ਲਾ ਕੇ ਦੇਖਿਆ। ਓਹੋ ਦੇਖਿਆ ਸੀ। ਅੱਛਾ, ਕੋਈ ਨਾ ਪੁੱਤ ਕੋਈ ਨਾ, ਹੁਣ ਤੂੰ ਨਾ ਸਾਫਰੇ ਗੱਡੀਆਂ ਚ ਕਰਿਆ ਕਰੇਗੀ। ਆ ਜਾ ਚੱਲ ਉੱਪਰ। ਤੂੰ ਖੜ ਜੇ ਕਿਉਂ ਗਈ? ਡਰ ਨਾ ਪੁੱਤ, ਆ ਜਾ ਆ ਜਾ, ਤੇਰਾ ਆਪਣਾ ਹੀ ਘਰ ਹੈ। ਨਮਸਤੇ ਮੈਡਮ ਜੀ। ਨਮਸਤੇ। ਨਮਸਤੇ। ਇਹ ਬੱਚੀ ਕੌਣ ਹੈ? ਮੈਡਮ ਜੀ ਇਹ ਗਰੀਬ ਪਰਿਵਾਰ ਚੋਂ, ਹੋਰ ਕੁਛ ਹੈ ਨਹੀਂ, ਮਾਂ ਨਾ ਪਿਓ। ਇਹ ਕਹਿੰਦੀ ਪਲੱਸ ਟੂ ਕੀਤੀ ਹੈ, ਮੈਂ ਨੌਕਰੀ ਕਰਨੀ ਹੈ। ਅੱਛਾ। ਕੀ ਨਾਮ ਆ ਬੱਚੇ? ਰੀਤ। ਗੁੱਡ 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 ਗੁੱਡ। ਕਿੱਥੇ ਤੱਕ ਸਟੱਡੀ ਕੀਤੀ ਹੈ? ਪਲੱਸ ਟੂ ਤੱਕ ਕੀਤੀ ਹੈ ਜੀ। ਅੱਗੇ ਕੀ ਕਰਨਾ? ਅੱਗੇ? ਅੱਗੇ ਤਾਂ ਮੈਂ ਬਾਲਾ ਪੜ੍ਹਨਾ ਹੈ, ਪਹਿਲਾਂ ਮੈਂ ਬੀ ਏ ਕਰੂੰਗੀ। ਹਾਂ, ਤੇਰੀ ਬੀ ਏ ਮੈਂ ਕਰਵਾਉਂਗੀ, ਸਾਰਾ ਖਰਚਾ ਤੇਰਾ ਮੇਰੀ ਜ਼ਿੰਮੇ। ਸੱਚੀ ਮੈਡਮ ਜੀ? ਹਾਂ, ਤੇ ਤੈਨੂੰ ਮਹੀਨੇ ਦਾ 15-20 ਹਜ਼ਾਰ ਰੁਪਇਆ ਵੀ ਦਿਆ ਕਰੂੰਗੀ। ਇੰਨਾ ਕੁਛ? ਪਰ ਇੱਕ ਸ਼ਰਤ ਹੈ। ਕੀ ਸ਼ਰਤ ਹੈ? ਤੈਨੂੰ ਇੱਥੇ ਰਹਿਣਾ ਪੈਣਾ। ਮੈਂ ਮੇਰੀ ਦਾਦੀ ਨੂੰ ਪੁੱਛ ਲੂੰਗੀ ਇੱਕ ਵਾਰੀ, ਕਿਉਂਕਿ ਮੇਰੀ ਦਾਦੀ ਨਾ ਵਿਚਾਰੀ ਇਕੱਲੀ ਤੇ ਬਿਮਾਰ ਬਹੁਤ ਰਹਿੰਦੀ ਆ। ਓਹੋ, ਤੂੰ ਤਾਂ ਕਮਲੀ ਹੈ, ਤੇਰੀ ਦਾਦੀ ਬਿਮਾਰ ਹੈ, ਉਹਨੂੰ ਪੈਸੇ ਭੇਜੀ, ਨਰਸ ਰੱਖਦੀ ਉਹਦੇ ਉੱਤੇ ਜਿਹੜੀ ਉਹਦੀ ਕੇਅਰ ਕਰੂਗੀ, ਤੇ ਤੈਂ ਜਾ ਕੇ ਕੀ ਲੈਣਾ, ਪੜ੍ਹਾਈ ਕਰ ਨੌਕਰੀ ਕਰ। ਮੈਡਮ ਬੜੇ ਸਾਫ ਦਿਲ ਦੇ ਨੇ। ਰਾਣੀ। ਹਾਂਜੀ। ਜਵਾਕੜੀ ਨੂੰ ਐਂ ਖੜੀ ਰੱਖਣਾ, ਆ ਜਾ ਪੁੱਤ ਬੈਠ ਇੱਥੇ।
ਚਾਹ ਪਾਣੀ ਦਾ ਪ੍ਰਬੰਧ ਕਰਦੀ, ਇਹਨੂੰ ਕੁਛ ਖਵਾਉਂਦੀ ਧਵਾਉਂਦੀ। ਕਿੰਨੀ ਸੋਹਣੀ ਅਤੇ ਸੁਨੱਖੀ ਆ, ਕਿਉਂ ਰਾਣੀ? ਰੀਤ, ਹਾਂਜੀ, ਕਿੰਨੀ ਉਮਰ ਹੈ ਤੇਰੀ? ਮੈਂ ਬਸ ਆਹੀ 22-23 ਸਾਲ। ਮੈਡਮ ਜੀ, ਚੜ੍ਹਦੀ ਉਮਰ ਹੈ, ਨਵੀਂ ਕੁੜੀ ਹੈ, ਵਿਚਾਰੀ ਗਰੀਬ ਹੈ, ਨੌਕਰੀ ਕਰਨਾ ਚਾਹੁੰਦੀ ਹੈ। ਨੌਕਰੀ ਤਾਂ ਤੇਰੀ ਪੱਕੀ ਲਵਾ ਦੂੰਗੀ ਮੈਂ। ਚਲੋ ਫਿਰ ਮੈਂ ਨਾ ਐਵੇਂ ਕਰੂੰਗੀ, ਮੈਂ ਆਪਣੀ ਦਾਦੀ ਨੂੰ ਫੋਨ ਕਰ ਲਿਆ ਕਰੂੰਗੀ, ਪਰ ਮੇਰੇ ਕੋਲ ਫੋਨ ਹੈ ਨਹੀਂ। ਕੋਈ ਨਹੀਂ, ਫੋਨ ਵੀ ਦੇ ਦਾਂਗੇ, ਕੋਈ ਗੱਲ ਨਹੀਂ। ਤੈਨੂੰ ਪਤਾ ਤੂੰ ਕੰਮ ਕਿਹੜਾ ਕਰਨਾ? ਹਾਂ ਸੱਚ, ਤਾਂ ਮੈਂ ਪੁੱਛਿਆ ਨਹੀਂ, ਮੈਂ ਕੰਮ ਕੀ ਕਰਨਾ? ਗਾਹਕਾਂ ਨੂੰ ਖੁਸ਼ ਕਰਨਾ। ਕਿਹੜੇ ਗਾਹਕਾਂ ਨੂੰ? ਉਹ ਕੋਈ ਗੱਲ ਨਹੀਂ, ਕੱਪੜੇ ਕੁੱਪੜੇ ਤਾਂ ਮੈਨੂੰ ਵੇਚਣੇ ਵਾਧੂ ਆਉਂਦੇ ਨੇ, ਮੈਨੂੰ ਰੇਟ ਵੀ ਪਤਾ। ਕੱਪੜੇ ਵੇਚਣੇ ਨਹੀਂ, ਕੱਪੜੇ ਖੋਲਣੇ ਆ। ਕੀ? ਆ ਤੁਸੀਂ ਕੀ ਕਹਿ ਜਾਂਦੇ ਹੋ? ਤੁਸੀਂ ਕਿਹਾ ਸੀ ਵੀ ਉੱਥੇ ਨੌਕਰੀ ਮਿਲੂਗੀ, ਆ ਕੀ ਬੋਲੀ ਜਾਂਦੇ ਆ? ਤੈਨੂੰ ਨੌਕਰੀ ਕੱਪੜੇ ਖੋਲਣ ਦੀ ਮਿਲੀ ਆ, ਤੇ ਗਾਹਕਾਂ ਨੂੰ ਖੁਸ਼ ਕਰਨ ਦੀ। ਮੈਂ ਇੱਥੇ ਕੋਈ ਕੰਮ ਕੁੰਮ ਨਹੀਂ ਕਰਨਾ, ਜਦੋਂ ਮੈਂ ਕੰਮ ਕਰਨਾ ਹੀ ਨਹੀਂ। ਤੇਰੇ ਵਰਗੀਆਂ ਚਿੜੀਆਂ ਨਾ ਬਹੁਤ ਨੇ, ਤੂੰ ਇੱਕ ਵਾਰੀ ਕਮਰੇ 'ਚ ਤਾਂ ਵੜ, ਤੈਨੂੰ ਆਪੇ ਪਤਾ ਲੱਗ ਜਾਊ ਵੀ ਤੇਰੇ ਵਰਗੀਆਂ ਦੀ ਜ਼ਿੰਦਗੀ ਇੱਥੇ ਨਰਕ ਬਣੀ ਪਈ ਆ। ਤੈਨੂੰ ਰੋਟੀ ਮਿਲੂਗੀ ਤੇ ਤੇਰੀ ਦਾਦੀ ਨੂੰ ਖਰਚਾ ਲੱਗੀ ਸਮਝ? ਅੱਜ ਤੋਂ ਬਾਅਦ ਨਾ ਜੋ ਮੈਂ ਕਹੂੰਗੀ ਤੈਨੂੰ ਉਹੀ ਕਰਨਾ ਪੈਣਾ, ਲੱਗੀ ਸਮਝ? ਜੇ ਇੱਥੋਂ ਭੱਜਣ ਦੀ ਜਾਂ ਹਿੱਲਣ ਜੁੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਤੈਨੂੰ ਪਤਾ ਮੈਂ ਇਸ ਕੋਠੇ ਦੀ ਰਾਣੀ ਹਾਂ ਅਤੇ ਮੈਂ ਕੋਠਾ ਚਲਾਉਂਦੀ ਹਾਂ, ਕੋਠਾ। ਤੇਰੀ ਵਰਗੀਆਂ ਬਹੁਤ ਨੇ, ਹਜ਼ਾਰਾਂ ਹੀ ਕੁੜੀਆਂ ਨਾ ਮੇਰੀ ਕੈਦ ਵਿੱਚ ਆ ਗਈਆਂ ਪਰ ਮੁੜ ਕੇ ਬਾਹਰਲੀ ਹਵਾ ਲੈਣ ਨੂੰ ਤਰ ਸਕਦੀਆਂ। ਪਰ ਮੈਂ ਆਪਣੀ ਦਾਦੀ ਕੋਲ ਜਾਣਾ ਬਸ। ਤੇਰੀ ਦਾਦੀ ਨੂੰ ਵੀ ਇੱਥੇ ਲੈ ਆਵਾਂਗੇ, ਲੱਗੀ ਸਮਝ? ਛੱਡ ਦੋ ਪਲੀਜ਼, ਤੇਰਾ ਖੇੜਾ ਤਾਂ ਹੁਣ ਕਿਸੇ ਗੱਲ ਨਾਲ ਹੀ ਛੁੱਟੋ, ਕਿਉਂ ਰਾਣੀ? ਓਹੋ ਮੈਡਮ ਜੀ, ਇਸ ਚਿੜੀਆ ਨਾਲ ਕਿਉਂ ਉੜਜ ਰਹੇ ਹੋ? ਕਰ ਮੈਨੂੰ ਬੁਲਾ। ਤੁਸੀਂ ਤਾਂ ਕਹਿੰਦੇ ਸੀ ਵੀ ਉੱਥੇ ਨੌਕਰੀ ਮਿਲੂਗੀ, ਮੈਡਮ ਬਹੁਤ ਚੰਗੇ ਆ। ਨੌਕਰੀ ਹੀ ਮਿਲ ਰਹੀ ਹੈ ਤੈਨੂੰ? ਕਰਮੇ, ਮੈਂ ਨਹੀਂ ਕਰਨਾ ਕੋਈ ਕੰਮ ਕੁੰਮ, ਮੈਂ ਕੁਛ ਨਹੀਂ ਕਰਨਾ, ਬਸ ਮੈਨੂੰ ਛੱਡ ਦੋ। ਤੈਨੂੰ ਸਭ ਕੁਛ ਕਰਨਾ ਮੇਰੀ 10 ਰੁਪਈਆਂ ਪਿੱਛੇ ਬੈਸ ਰਹੀ ਸੀ ਤੂੰ, 10 ਰੁਪਈਆਂ ਪਿੱਛੇ, ਸਮਝ ਗਈ? ਜ਼ਿਆਦਾ ਨਾ ਬੋਲੀ, ਜ਼ਬਾਨ ਸਿਰਫ ਕਰਮੇ, ਆ ਜਲਦੀ ਕਰਮੇ। ਹਾਂਜੀ ਮੈਡਮ। ਨਮਸਕਾਰ ਆਇਆ ਆਪਣੀ ਸੰਸਥਾ ਵਿੱਚ। ਮੈਂ ਕਿਤੇ ਨਹੀਂ ਜਾਣਾ ਜੂਣਾ। ਜਾਣਾ ਥੋੜੀ ਆ, ਤੈਨੂੰ ਤਾਂ ਹੁਣ ਇੱਥੇ ਰੱਖਣਾ। ਖੜੀ ਹੋ, ਉੱਠ ਕੇ ਖੜੀ ਹੋ ਕਰਮੇ, ਇਹਨੂੰ ਲਿਜਾ ਕੇ ਰੂਮ 'ਚ ਤਿਆਰ ਹੋਣ ਨੂੰ ਕਹਿ, ਗਾਹਕ ਆਉਣ ਵਾਲਾ ਹੈ, MLA ਸਾਹਿਬ ਆਉਣਗੇ, ਸਿਰਫ ਤੂੰ MLA ਨੂੰ ਖੁਸ਼ ਕਰਨਾ, ਲੱਗੀ ਸਮਝ? ਫੜ ਕੇ ਲੈ ਜਾ ਇਹਨੂੰ। ਕਰਨੀ ਇਹਨੇ ਨੌਕਰੀ, ਰਾਣੀ ਤੂੰ ਤਾਂ ਕਮਾਲ ਕਰਤੀ, ਸਾਰਿਆਂ ਨਾਲੋਂ ਟੌਪ ਦਾ ਸ਼ਿਕਾਰ ਲਿਆਈਏ, ਇਹ ਹੁਣ ਮੇਰੇ ਗਾਹਕ ਖੁਸ਼ ਕਰੂਗੀ ਅਤੇ ਮੈਨੂੰ ਨੋਟ ਕਮਾ ਕੇ ਦਿਉਂਗੀ।
ਮੰਨ ਗਏ ਨਾ ਮੈਡਮ ਜੀ? ਆਪਣੀ ਸੇਵਾ ਬਣੀ ਜਿਹੜੀ ਕਰਾਉਣੀ ਉਹ ਵੀ ਕਰਾ ਲਈ। ਆ ਰਾਣੀ ਦਾ ਚਿਹਰਾ ਲੋਕਾਂ ਸਾਹਮਣੇ ਭੋਲਾ ਹੈ। ਮੈਂ ਇੱਥੇ ਰਹੂੰਗੀ ਬਈ, ਆ ਕਮਰੇ 'ਚ। ਹਾਂ, ਹੁਣ ਤੈਨੂੰ ਇੱਥੇ ਰਹਿਣਾ ਪਊਗਾ। ਪਰ ਮੈਂ ਬਾਹਰ ਜਾਣਾ ਹੈ। ਇੱਥੋਂ ਮੈਂ ਇੱਥੇ ਨਹੀਂ ਜਾ ਸਕਦੀ। ਜੋ ਮੈਡਮ ਕਹਿੰਦੇ ਆ ਨਾ ਉਵੇਂ ਕਰਨਾ ਪਊ ਤੈਨੂੰ ਹੁਣ। ਬਈ ਮੇਰੀ ਦਾਦੀ ਦਾ ਕੀ ਬਣੂੰਗਾ? ਦੇਖੀ ਜਾਊ ਤੇਰੀ ਦਾਦੀ ਦਾ ਕੀ ਬਣਨਾ, ਪਰ ਜਿਹੜਾ ਇੱਥੇ ਆ ਗਿਆ ਨਾ ਉਹ ਇਹਨਾਂ ਦੀ ਕੈਦ 'ਚ ਹੀ ਰਹੂਗਾ ਅਤੇ ਉਵੇਂ ਹੋਊਗਾ ਜੋ ਇਹ ਕਹਿਣਗੇ। ਕੋਈ ਫਾਇਦਾ ਨਹੀਂ ਰੌਲਾ ਪਾਉਣ ਦਾ, ਜਿਵੇਂ ਇਹ ਕਹਿੰਦੇ ਆ ਉਵੇਂ ਕਰਨਾ ਪਊਗਾ। ਜੇ ਤੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਨਾ ਇਹ ਮਾਰ ਕੇ ਸਿੱਟ ਦਿੰਦੇ ਨੇ। ਪਤਾ ਨਹੀਂ ਇਹਨਾਂ ਨੇ ਅੱਜ ਤੱਕ ਕਿੰਨੀਆਂ ਕੁੜੀਆਂ ਮਾਰ ਕੇ ਸਿੱਟ ਦੀਆਂ। ਠੀਕ ਹੈ ਮੈਂ ਚੱਲਦਾ, ਜੇ ਕੋਈ ਚੀਜ਼ ਦੀ ਲੋੜ ਹੋਈ ਤਾਂ ਦੱਸ ਦੀ ਮੈਨੂੰ। ਏ ਚਿੜੀਆ। ਹਾਂਜੀ। ਨੀਂਦ ਆ ਗਈ ਮੇਰੇ ਬੱਚੇ ਨੂੰ? ਦੇਖ ਗੱਲ ਸੁਣ ਮੇਰੀ, ਸਹੀ 5 ਵਜੇ ਗਾਹਕ ਨੇ ਆਉਣਾ, ਰੈਡੀ ਹੋ ਜਾ। ਮੈਂ ਕੋਈ ਤਿਆਰ ਤਿਉਰ ਨਹੀਂ ਹੋਣਾ, ਮੈਂ ਬਸ ਮੇਰੀ ਦਾਦੀ ਕੋਲ ਜਾਣਾ। ਓ ਮੈਨੂੰ ਮੇਰੀ ਜਿੱਤ ਬਹੁਤ ਪਿਆਰੀ ਆ, ਤੁਹਾਡੇ ਵਾਂਗੂ ਨਹੀਂ। ਕੀ ਬੋਲੀ? ਸਾਡੇ ਵਾਂਗੂ? ਗੱਲ ਸੁਣ ਲੈ, ਆ ਜ਼ਿਆਦਾ ਪਰਜੇ ਨਾ ਮਾਰ। ਆ ਪਰਜੇ ਨਾ ਤੇਰੇ ਵਰਗਿਆਂ ਦੇ ਬਹੁਤ ਕੱਟੇ ਹੈ। ਜ਼ਿਆਦੇ ਮੈਡਮ ਨੂੰ ਗੁੱਸਾ ਨਾ ਚੜਾ। ਜੇ ਮੈਡਮ ਇੱਕ ਵਾਰੀ ਹੋਰ ਆ ਗਈ ਨਾ ਤਾਂ ਦੇਖ ਫਿਰ ਤੇਰੀ ਤਾਂ ਮੌਤ ਹੈ, ਸਮਝ ਗਈ? ਜੇ ਜ਼ਿੰਦਗੀ ਜਿਉਣੀ ਹੈ ਤਾਂ ਸਮਝ ਲੈ, ਬੀਬਾ ਬੱਚਾ ਬਣ ਕੇ ਰੈਡੀ ਹੋ ਜਾ। ਮੈਂ ਕੋਈ ਰੈਡੀ ਰੂਡੀ ਨਹੀਂ ਹੋਣਾ। ਲੱਗਦਾ ਹਲੇ ਤੇਰੀ ਆਕੜ ਗਈ ਨਹੀਂ। ਐਂ ਤਾਂ ਤੈਂ ਮੰਨਣਾ ਨਹੀਂ, ਸੋਚ ਲੈ ਜ਼ਿੰਦਗੀ ਪਿਆਰੀ ਹੈਗੀ ਹੈ ਜਾਂ ਮੌਤ ਨੂੰ ਗਲੇ ਲਾਉਣਾ ਚਾਹੁੰਦੀ ਹੈ। ਹੁਣ ਤਾਂ ਮੈਡਮ ਨੇ ਓਟ ਲਿਆ ਵੀ ਤੇਰੀ ਦਾਦੀ ਨੂੰ ਖਰਚਾ ਮਿਲੂ, ਫਿਰ ਜਦੋਂ ਤੂੰ ਉੱਪਰ ਚਲੀ ਗਈ ਫਿਰ ਤੇਰੀ ਦਾਦੀ ਦਾ ਖਿਆਲ ਕੌਣ ਰੱਖੂਗਾ ਬਈ? ਸੋਚ ਸੋਚ, ਤੇਰੀ ਦਾਦੀ ਨੂੰ ਤਾਂ ਦਵਾਈ ਦਵਾਉਣੀ ਹੈ ਤੇ ਕੇਅਰਟੇਕਰ ਵੀ ਰੱਖਣਾ ਨਾ ਉਹਦੇ ਲਈ। ਸੋਚ, ਮੈਨੂੰ ਖੋਪੜ ਨੂੰ ਖੋਲ ਲੈ, ਸਮਝ ਗਈ? ਜਵਾਬ ਹਾਂ ਚ ਚਾਹੀਦਾ, ਹਾਂ ਚ, ਕਿਉਂਕਿ ਮੈਡਮ ਨੂੰ ਨਾ ਸੁਣਨਾ ਪਸੰਦ ਨਹੀਂ, ਸਮਝ ਗਈ? ਰਾਈਟ ਟਾਈਮ 5 ਵਜੇ। ਮੈਂ ਤੈਨੂੰ ਬਾਰ ਬਾਰ ਕਿਹਾ ਮੈਂ ਕੋਈ ਤਿਆਰ ਤਿਉਰ ਨਹੀਂ ਹੋਣਾ, ਬਸ ਤੈਂ ਤਾਂ ਮੈਨੂੰ ਬਾਰ ਬਾਰ ਕਹਿਤਾ, ਜਿਹੜਾ ਮੈਂ ਬਾਰ ਬਾਰ ਕਹਿ ਰਹੀ ਹਾਂ ਉਹ ਤੈਨੂੰ ਸੁਣਦਾ ਨਹੀਂ।
ਚੱਲ ਖੜੀ ਹੋ। ਸੁਣਿਆ ਸੀ ਵੀ ਲਾਤੋਂ ਕੇ ਬੂਤ ਬਾਤੋਂ ਸੇ ਨਹੀਂ ਮੰਨਦੇ, ਪਰ ਅੱਜ ਦੇਖ ਵੀ ਲਿਆ। ਹੁਣ ਤੂੰ ਮੈਨੂੰ ਦੱਸ ਦੇ ਵੀ ਤੈਂ ਲੱਤਾਂ ਹੀ ਖਾਣੀਆਂ ਨੇ ਜਾਂ ਤਿਆਰ ਹੋਣਾ ਹੈ? ਮੈਂ ਨਹੀਂ ਹੋਣਾ ਤਿਆਰ, ਤੇਰ ਮੈਂ ਕਿਹਾ ਨਾ। ਤੂੰ ਖੜੀ ਹੋ, ਦਾਦੀ ਕੋਲ ਜਾਣਾ। ਮੈਂ ਹੁਣੀ ਪਹੁੰਚਾ ਦੂੰ ਦਾਦੀ ਕੋਲੇ ਤੈਨੂੰ। ਦਾਦੀ ਕੋਲੇ ਨਹੀਂ, ਸਿੱਧਾ ਉੱਪਰ ਉੱਪਰ ਜਾਣ ਦੀ ਤਿਆਰੀ ਕਰ, ਸਮਝ ਗਈ? ਮੈਂ ਜ਼ਿਆਦਾ ਤੇਰੇ ਨਾਲ ਭਕਾਈ ਨਹੀਂ ਕਰਨੀ, ਚੁੱਪ ਕਰਕੇ ਆਖਰੀ ਵਾਰ ਨਹੀਂ ਗਾ ਤੈਨੂੰ। ਤਿਆਰ ਹੋਣੀ ਚਾਹੀਦੀ ਮੈਡਮ ਆਉਂਦੇ ਨੂੰ, ਨਹੀਂ ਪਤਾ ਨਹੀਂ ਤੇਰਾ ਕੀ ਹਾਲਾਤ ਹੋ। ਸੁਣ ਗਈ? ਵਾਓ, ਖੜੀ ਹੋਈ ਬੱਚੇ? ਦੇਖ ਲੈ ਮੈਡਮ ਨੇ ਸੂਟ ਤੇਰਾ ਕਿੰਨਾ ਫਿੱਟ ਸਮਾ ਕੇ ਦਿੱਤਾ। ਵੈਸੇ ਤਾਂ ਅੱਖਾਂ ਨਾਲ ਹੀ ਨਾਪ ਲੈ ਲਿਆ ਮੈਡਮ ਨੇ, ਹੈ ਨਾ? ਆ ਕੀਤੀ ਨਾ ਤੈਂ ਸਿਆਣੇ ਵਾਲੀ ਗੱਲ। ਅੱਛੇ ਬੱਚੇ, ਬਹੁਤ ਵਧੀਆ ਤਿਆਰ ਹੋ ਗਈ ਤੂੰ। ਚੱਲ ਕੋਈ ਨਾ, ਖੁਸ਼ ਰੱਖੀ ਜਮਾ, ਨਾਲੇ ਚਿੱਤ ਆਪਦਾ ਅਤੇ ਨਾਲੇ ਗਾਹਕ ਨੂੰ ਖੁਸ਼ ਰੱਖੀ, ਠੀਕ ਹੈ? ਹੱਸ ਲੈ। ਵੈਸੇ ਤੇਰੇ ਵਰਗੀ ਚਿੜੀਆ ਦਾ ਨਾ ਚਿਹਰਾ ਉਦਾਸ ਜੱਚਦਾ ਨਹੀਂ, ਹੱਸ ਕੇ ਤਾਂ ਦਿਖਾ ਦੇ ਇੱਕ ਵਾਰੀ। ਜੇ ਤੁਹਾਨੂੰ ਮੇਰੀ ਹੱਸੀ ਦੀ ਫਿਕਰ ਹੈ ਨਾ, ਫਿਰ ਮੇਰੇ ਘਰੇ ਜਾ ਲੈਣ ਦਿਓ। ਓਹੋ, ਘਰੇ ਜਾਣਾ? ਘਰੇ ਜਾ ਕੇ ਕਰੇਂਗੀ ਕੀ? ਐ ਦੱਸ ਮੈਨੂੰ, ਕਿੱਥੋਂ ਚਲਾਏਂਗੀ ਖਰਚਾ? ਤੇਰੀ ਦਾਦੀ ਦੀ ਦਵਾਈ ਨਹੀਂ ਦਵਾਉਣੀ? ਘਰ ਦਾ ਖਰਚਾ ਨਹੀਂ ਚਲਾਉਣਾ? ਭੁੱਖੀ ਮਰਦੀ ਫਿਰਦੀ ਸੀ ਤੂੰ, ਭੁੱਖੀ ਮਰਦੀ ਸੜਕਾਂ ਤੇ, ਸਮਝ ਗਈ? ਸ਼ੁਕਰ ਕਰ ਕਿ ਤੈਨੂੰ ਮੈਡਮ ਵਰਗੇ ਮਹਾਨ ਹਸਤੀ ਨੇ ਆਪਦੇ ਗਲੇ ਨਾਲ ਲਾ ਲਿਆ। ਮਹਾਨ ਹਸਤੀ, ਚੱਲ ਕੋਈ ਨਾ, ਤੈਨੂੰ ਤਾਂ ਕਹਿਣਾ ਹੀ ਸੀ। ਤੇਰੇ ਵਰਗੀਆਂ ਤਾਂ ਨਾ ਚਰਨਾਂ ਦੀ ਧੂੜ ਨੂੰ ਤਰਸਦੀਆਂ ਨੇ ਮੈਡਮ ਦੇ ਨੂੰ, ਸਮਝ ਗਈ? ਬਸ ਇੱਕ ਗੱਲ ਧਿਆਨ 'ਚ ਰੱਖੀ, ਆ ਮੂੰਹ ਉਦੋਂ ਹੀ ਖੁੱਲ੍ਹਣਾ ਜਦੋਂ ਖਾਣਾ ਖਾਣਾ, ਅਤੇ ਚਿਹਰੇ 'ਤੇ ਖੁਸ਼ੀ ਹੋਣੀ ਚਾਹੀਦੀ ਹੈ। ਲਰੀ ਤਾਂ ਰੋਟੀ ਖਾ ਲਾ। ਬਈ ਮੈਂ ਨਹੀਂ ਰੋਟੀ ਖਾਣੀ। ਨਹੀਂ ਨਹੀਂ, ਤੈਨੂੰ ਭੁੱਖ ਲੱਗੀ ਹੋਊ, ਖਾ ਤੂੰ ਰੋਟੀ। ਕੁਛ ਨਹੀਂ ਕਰਦਾ ਤੂੰ ਸਵੇਰ ਦਾ। ਤੂੰ ਤਾਂ ਮੇਰੇ ਭਾਈਆਂ ਵਰਗਾ, ਤੂੰ ਤਾਂ ਮੇਰੇ ਤੇ ਤਰਸ ਖਾ ਲਾ। ਜੇ ਤੇਰਾ ਤਰਸ ਹੋਣਾ ਤਾਂ ਹੀ ਤੇਰੇ ਵਾਸਤੇ ਰੋਟੀ ਲੈ ਗਿਆ, ਖਾ ਲਾ। ਨਹੀਂ ਵੀਰੇ,
ਮੈਨੂੰ ਸੱਚੀ ਭੁੱਖ ਨਹੀਂ ਹੈਗੀ। ਨਹੀਂ ਇਹਨਾਂ ਨੇ ਤਾਂ ਤੈਨੂੰ ਪਾਣੀ ਤੱਕ ਨਹੀਂ ਪੀਣ ਦਿਆ। ਮੈਨੂੰ ਪਤਾ ਨਾ ਵੀਰੇ, ਤੂੰ ਮੈਨੂੰ ਇੱਥੋਂ ਬਾਹਰ ਕੱਢ ਦੇ ਪਲੀਜ਼ ਵੀਰਾ ਬਣ ਕੇ। ਬਾਹਰ ਬਾਹਰ ਦੀ ਤਾਂ ਮੈਂ ਵੀ ਸੋਚਦਾ ਸੀ, ਤੇਰੇ ਵਾਂਗੂ ਚਾਰ ਕੁ ਦਿਨ ਤਾਂ ਮੈਂ ਵੀ ਰੋਟੀ ਨੂੰ ਨਾ ਕੀਤੀ, ਪਰ ਆਖਿਰ ਮਜਬੂਰੀ 'ਚ ਮੈਨੂੰ ਖਾਣੀ ਪਈ। ਮੇਰੇ ਤਾਂ ਇਹਨਾਂ ਨੇ ਸਾਰੀ ਜ਼ਮੀਨ ਆਪਦੇ ਨਾਲ ਕਰਾ ਲਈ, ਮੇਰੇ ਕੋਲ ਕੁਛ ਨਹੀਂ ਛੱਡਿਆ। ਤੂੰ ਆਪਦੀ ਮਰਜ਼ੀ ਨਾਲ ਨਹੀਂ ਕੰਮ ਕਰਦਾ ਵੀਰੇ ਇੱਥੇ? ਮਰਜ਼ੀ ਮੇਰੀ ਮਰਜ਼ੀ ਇੱਥੇ ਇੱਥੇ ਕਿੱਥੇ ਚੱਲਦੀ ਮੇਰੀ ਮਰਜ਼ੀ? ਮੈਨੂੰ ਤਾਂ ਲੱਗਦਾ ਸੀ ਵੀ ਬਾਈ ਤੂੰ ਬਹੁਤ ਸੌਖਾ ਹੈ ਤੇ ਮੈਂ ਹੀ ਇਕੱਲੀ ਦੁਖੀ ਹਾਂ, ਇੱਥੇ ਤਾਂ ਸਾਰੇ ਦੁਖੀ ਨੇ। ਪੁੱਛ ਨਾ, ਮੈਂ ਵੀ ਪਤਾ ਨਹੀਂ ਕਿਹੜੇ ਲਾਲਚ ਜਾ ਕੇ ਇਹਨਾਂ ਕੋਲ ਫਸ ਗਿਆ, ਮੁੜ ਕੇ ਮੈਨੂੰ ਆਪਣਾ ਗੁਲਾਮ ਬਣਾ ਕੇ ਰੱਖ ਲਿਆ। ਜੋ ਇਹ ਕਹਿੰਦੇ ਨੇ ਉਹੀ ਮੈਨੂੰ ਕਰਨਾ ਪੈਂਦਾ। ਆਪਣਾ ਕੁਛ ਵੀ ਨਹੀਂ ਹੋ ਸਕਦਾ। ਬਸ ਹੁਣ ਕੀ ਹੋਣਾ, ਹੁਣ ਤਾਂ ਇਹਨਾਂ ਦੀ ਮਰਜ਼ੀ ਚੱਲੂਗੀ ਤੇ ਆਪਣੀ ਮਜਬੂਰੀ। ਲੜੀ ਤਾਂ ਖਾ ਲਾ। ਖਾਧੀ ਰੋਟੀਆਂ ਨੇ ਕਿ ਨਹੀਂ? ਖਾਂਦੇ ਆ ਜੀ। ਖੜੀ ਹੋ। ਖਾ ਲਾਂਗੇ ਮੈਡਮ ਜੀ, ਕੋਈ ਨਹੀਂ ਖਵਾ ਲਾਂਗੇ। ਖੜੀ ਹੋ। ਮੇਰਾ ਇਹ ਅਸੂਲ ਹੈ, ਜਿਹੜਾ ਬੰਦਾ ਇੱਕ ਵਾਰ ਨਾ ਕਰ ਦਿੰਦਾ ਨਾ, ਮੈਂ ਦੂਜੀ ਵਾਰ ਉਹਨੂੰ ਪਾਣੀ ਵੀ ਨਹੀਂ ਪੁੱਛਦੀ। ਸ਼ੁਕਰ ਕਰ ਕਰਮਾ ਤੇਰੀਆਂ, ਮਿੰਨਤਾਂ ਕਰਕੇ ਤੈਨੂੰ ਰੋਟੀ ਖਵਾ ਰਿਹਾ। 5 ਵਜੇ ਮੇਰੇ ਗਾਹਕ ਦਾ ਟਾਈਮ ਹੈ, ਰੂਮ ਚੱਲ ਜਾਈ ਤੇ ਜੇ ਤੜੀ ਫੜੀ ਕੀਤੀ ਨਾ, ਮੇਰੇ ਤੋਂ ਬੁਰਾ ਕੋਈ ਨਹੀਂ, ਆਪਣੀ ਜਾਨ ਤੋਂ ਹੱਥ ਧੋ ਬੈਠੂੰਗੀ। ਮੈਂ ਵਿਹਲੀ ਨਹੀਂ ਜਿਹੜੀ ਤੈਨੂੰ ਮਨਾਈ ਜਾਵਾਂ। ਮੰਨਣਾ ਠੀਕ ਹੈ, ਨਹੀਂ ਫਿਰ ਰੱਬ ਕੋਲ ਪਹੁੰਚਣ ਦੀ ਤਿਆਰੀ ਕਰ ਲੈ। ਠੀਕ ਹੈ ਕਰਮੇ, ਜੇ ਰੋਟੀ ਖਾਂਦੀ ਠੀਕ ਹੈ, ਨੇ ਇਹਨੂੰ ਰੂਮ 'ਚ ਭੇਜ ਦੇ। ਠੀਕ ਹੈ ਮੈਡਮ। ਮੈਨੂੰ ਲੱਗਦਾ ਇਹ ਕੁੜੀ ਤੰਗ ਕਰੂਗੀ ਮੈਨੂੰ। ਮੈਨੂੰ ਕਿਸੇ ਵੀ ਕੁੜੀ ਨੇ ਤੰਗ ਨਹੀਂ ਕੀਤਾ ਇੰਨਾ ਜਿੰਨਾ ਮੈਨੂੰ ਇਹ ਰੀਤ ਜਿਹੀ ਤੰਗ ਕਰਦੀ ਆ। ਜੇ ਮੇਰਾ ਗਾਹਕ ਨਾ ਖੁਸ਼ ਹੋਇਆ ਨਾ, ਮੇਰੀ ਤਾਂ ਇੱਜ਼ਤ ਮਿੱਟੀ 'ਚ ਮਿਲ ਜਾਣੀ ਆ, ਅਤੇ ਮੈਂ 3 ਲੱਖ ਰੁਪਈਆ ਐਡਵਾਂਸ ਵਿੱਚ ਫੜ ਚੁੱਕੀ ਹਾਂ। ਕੀ ਕਰਾਂ ਹੁਣ, ਨਾ ਰੋਟੀ ਖਾਂਦੀ ਹੈ ਨਾ ਚਾਹ ਪਾਣੀ ਪੀਂਦੀ ਹੈ। ਰਾਣੀ! ਹਾਂਜੀ ਮੈਡਮ ਜੀ। ਰੀਤ ਤਾਂ ਆਪਾਂ ਨੂੰ ਤੰਗ ਕਰਦੀ ਆ। ਮੈਡਮ ਜੀ ਕਿੰਨਾ ਕੁ ਚਿਰ ਤੰਗ ਕਰੂਗੀ, ਆਖਿਰਕਾਰ ਨਵੀਂ ਕੁੜੀ ਹੈ, ਚਿੜੀਆ ਫੜਫੜਾ ਕੇ ਹਟ ਜਾਣਾ ਆਪ ਹੀ। ਆਪਾਂ ਤੈਨੂੰ ਸਮਝਾ ਸਮਝਾ ਥੱਕ ਗਏ, ਜੇ ਇਹਨੂੰ ਬਾਕੀ ਕੁੜੀਆਂ ਵਿੱਚ ਛੱਡਿਆ ਨਾ ਤਾਂ ਵੀ ਔਖਾ ਹੋ ਜਾਊ। ਇਹ ਰਲ ਕੇ ਸਾਰੀਆਂ ਕੋਈ ਨਾ ਕੋਈ ਪਲਾਨ ਬਣਾ ਸਕਦੀਆਂ ਮੇਰੇ ਵਿਰੁੱਧ, ਜਿਹੜੀਆਂ 13 ਕੁੜੀਆਂ ਪਹਿਲੀਆਂ ਨੇ ਨਾ, ਰੀਤ ਨੂੰ ਉਹਨਾਂ ਨਾਲੋਂ ਸਾਈਡ 'ਤੇ ਰੱਖੀ, ਕਿਉਂਕਿ ਰੀਤ ਜਿੰਨੀ ਭੋਲੀ ਦਿਖਦੀ ਆ ਨਾ ਉੰਨੀ ਭੋਲੀ ਹੈ ਨਹੀਂ। ਠੀਕ ਹੈ ਮੈਡਮ ਜੀ। ਵੈਸੇ ਮੈਡਮ ਜੀ ਤੁਸੀਂ ਇੱਕ ਕਹਾਵਤ ਨਹੀਂ ਸੁਣੀ? ਕਿਹੜੀ? ਵਿਗੜੇ ਤਿਗੜੇ ਦਾ ਡੰਡਾ ਗੁਰੂ। ਚਲੋ, ਲਾਤੋਂ ਕੇ ਭੂਤ ਬਾਤੋਂ ਸੀ ਨਹੀਂ ਮਾਨਤੀ। ਹਾਂਜੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ।
ਇੱਕ ਮੇਰੇ ਕੋਲ ਬੁੱਢਾ ਆਉਣਾ ਚਾਹੁੰਦਾ ਤੇ ਉਹਦੇ ਵਾਸਤੇ ਉਹਨੂੰ ਕੋ ਖੁਸ਼ ਕਰਨ ਵਾਸਤੇ ਜਨਾਨੀ ਚਾਹੀਦੀ ਹੈ 40-45 ਸਾਲ ਦੀ, ਕਿਉਂਕਿ ਇਹ ਜਿਹੜੀਆਂ ਅੰਦਰ ਆ ਨਾ ਇਹ ਉਹਦੇ ਲੈਵਲ ਦੀਆਂ ਨੇ। ਉਹ ਬੰਦਾ ਇੰਗਲੈਂਡ ਤੋਂ ਆਇਆ ਤੇ ਉਹਦੇ ਵਾਸਤੇ ਸਾਫ ਸੁਥਰੀ 40-45 ਸਾਲ ਦੀ ਜਨਾਨੀ ਚਾਹੀਦੀ ਹੈ। ਗੇੜਾ ਤਾਂ ਮਾਰ ਕੇ ਆ ਬਾਹਰ ਕਿਤੇ, ਜੇ ਕੋਈ ਮਜਬੂਰ ਮਿਲ ਜਾਵੇ ਤਾਂ ਹੋਰ ਕੀ ਚਾਹੀਦਾ। ਮੈਡਮ ਜੀ ਤੁਸੀਂ ਫਿਕਰ ਕਿਉਂ ਕਰਦੇ ਹੋ, ਮੈਂ ਹੁਣੇ ਗਈ ਤੇ ਆਈ, ਸਾਨੂੰ ਇੰਨਾ ਤਾਂ ਵਿਸ਼ਵਾਸ ਹੈ ਨਾ। ਵਿਸ਼ਵਾਸ ਤਾਂ ਰਾਣੀ ਮੈਨੂੰ ਤੇਰੇ 'ਤੇ ਪੂਰਾ ਹੈ, ਤੇਰੇ ਸਿਰ 'ਤੇ ਮੇਰਾ ਧੰਦਾ ਚੱਲਦਾ, ਬਾਕੀ ਮੈਨੂੰ ਕਿਸੇ 'ਤੇ ਬਹੁਤਾ ਵਿਸ਼ਵਾਸ ਨਹੀਂ। ਮੈਡਮ ਜੀ ਹੋਰ ਕਿਸੇ 'ਤੇ ਵਿਸ਼ਵਾਸ ਕਰਿਓ ਵੀ ਨਾ। ਉਹ ਤਾਂ ਤੇਰੀ ਗੱਲ ਠੀਕ ਹੈ, ਕਰਮਾ ਸਮਝਾ ਤਾਂ ਰਿਹਾ ਰੀਤ ਨੇ, ਬਾਕੀ ਚੱਲ ਕੋਈ ਨਹੀਂ ਤੂੰ ਮਾਰ ਕੇ ਆ ਗੇੜਾ। ਸ਼ਾਮਾ ਜੀ ਚਿੜੀਆ ਦਾ ਧਿਆਨ ਤੁਸੀਂ ਰੱਖ, ਮੈਂ ਹੈਗੀ ਹਾਂ। ਠੀਕ ਹੈ ਜੀ, ਪਰ ਹੁਣ ਕਰਾਂ ਕੀ, 3 ਲੱਖ ਐਡਵਾਂਸ ਫੜ ਚੁੱਕੀ ਹਾਂ, ਜੇ ਇਹ ਰੂਮ 'ਚ ਨਾ ਗਈ ਰੀਤ ਮੇਰਾ ਤਾਂ ਭੱਠਾ ਬਹਿ ਜਾਣਾ, ਕੁਛ ਨਾ ਕੁਛ ਤਾਂ ਸੋਚਣਾ ਪੈਣਾ। ਕਰਮੇ ਕਰਮੇ ਕਰਮੇ। ਹਾਂਜੀ ਮੈਡਮ। ਰੀਤ ਨੇ ਖਾਧੀ ਰੋਟੀ? ਹਾਂਜੀ ਖਾ ਲਈ ਜੀ ਰੋਟੀ। ਤਾਂ ਕੁਛ ਬੋਲੀ ਤਾਂ ਨਹੀਂ? ਨਹੀਂ ਨਹੀਂ ਕੁਛ ਨਹੀਂ ਬੋਲੀ ਜੀ। ਅੱਛਾ ਚੱਲ, ਜਦੋਂ ਉਹ ਕਸਟਮਰ ਆਇਆ ਉਹਨੂੰ ਰੂਮ 'ਚ ਭੇਜ ਦੇ, ਜੇ ਬਾਹਲਾ 3-5 ਕਰੂਗੀ ਫਿਰ ਮੈਨੂੰ ਦੱਸ ਦੇ। ਖਾ ਲਈ ਰੋਟੀ? ਹਾਂਜੀ ਖਾ ਲਈ। ਠੀਕ ਹੈ ਚੱਲ, ਠੀਕ ਹੈ, ਰੀਤ ਦਾ ਖਿਆਲ ਰੱਖ। ਇੰਨਾ ਤੰਗ ਮੈਨੂੰ ਕਿਸੇ ਨੇ ਨਹੀਂ ਕੀਤਾ ਜਿੰਨਾ ਰੀਤ ਨੇ ਕੀਤਾ। ਨਾ ਨਾ ਜੀ ਧੱਕੇ ਤਾਂ ਨਾ ਮਾਰੋ, ਹਾੜੇ ਰੱਬ ਦਾ ਵਾਸਤਾ ਮੇਰਾ ਦੱਸ ਕਿਵੇਂ ਟਾਈਮ ਪਾਸ ਹੋਊਗਾ, ਤੁਹਾਨੂੰ ਤਾਂ ਪਤਾ ਹੀ ਹੈ ਮੇਰੀ ਕਿੱਡੀ ਮਜਬੂਰੀ ਹੈਗੀ। ਨਾ ਨਾ ਜੀ, ਜੇ ਸਿਰ 'ਤੇ ਮੇਰੇ ਸਿਰ 'ਤੇ ਬੰਦਾ ਹੁੰਦਾ ਤਾਂ ਮੈਂ ਕਿਉਂ ਧੱਕੇ ਖਾਂਦੀ, ਰੱਬ ਦਾ ਵਾਸਤਾ ਐਂ ਨਾ ਕਰੋ, ਮੈਨੂੰ ਘੱਟ ਪੈਸੇ ਦੇ ਦਿਓ ਪਰ ਮੈਨੂੰ ਘਰੋਂ ਨਾ ਕੱਢੋ, ਮੈਂ ਕਿੱਥੇ ਜਾਊਂਗੀ, ਮੈਂ ਤਾਂ ਜਮੀ ਰੁੱਲ ਜੂੰਗੀ, ਮੈਂ ਤਾਂ ਆਪਦਾ ਢਿੱਡ ਪਾਲਦੀ ਹਾਂ ਜੀ ਹਾੜੇ ਹਾੜੇ। ਕਨੇਡਾ ਤੋਂ ਆਏ ਬੁੱਢੇ ਲਈ 40-45 ਸਾਲ ਦੀ ਉਮਰ ਦੇ ਵਿੱਚ ਜਨਾਨੀ ਚਾਹੀਦੀ ਹੈ। ਚਲੋ ਤੁਹਾਡੀ ਮਰਜ਼ੀ ਹੈ ਜੀ, ਮੈਨੂੰ ਤਾਂ ਕਿਤੇ ਕੰਮ ਕਰਨੇ ਪਊ, ਕਿਤੇ ਹੋਰ ਲੱਭ ਲੈਂਦੀ ਹਾਂ, ਪਰ ਤੁਸੀਂ ਚੰਗਾ ਨਹੀਂ ਕੀਤਾ। ਸੁਣਿਓ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਤੁਸੀਂ ਰੋਂਦੇ ਕਿਉਂ? ਮੇਰੀ ਤਾਂ ਬਸ ਬਿਖਿਆ ਨਾ ਪੁੱਛੋ, ਮੈਂ ਬਹੁਤ ਦੁਖੀ ਹਾਂ। ਓਹੋ ਚਲੋ ਕੋਈ ਨਾ, ਤੁਸੀਂ ਰੋਵੋ ਨਾ, ਚੁੱਪ ਕਰੋ, ਗੱਲ ਸੁਣੋ ਮੇਰੀ। ਦੇਖੋ ਦੁੱਖ ਨਾ ਵੰਡਣ ਨਾਲ ਘਟਦੇ ਹੁੰਦੇ ਨੇ, ਤੇ ਮੈਨੂੰ ਦੱਸੋ ਤੁਹਾਨੂੰ ਕੀ ਦੁੱਖ ਹੈ? ਬਸ ਜੀ, ਨਾ ਤਾਂ ਮੇਰੇ ਘਰ ਵਾਲਾ ਨਾ ਮੇਰੇ ਬੱਚਾ ਕੋਈ, ਕੰਮ ਕਰਕੇ ਗੁਜ਼ਾਰਾ ਕਰਦੀ ਸੀ, ਅੱਜ ਮਾਲਕਾਂ ਨੇ ਕੱਢਤਾ ਮੈਨੂੰ। ਓਹੋ, ਇਹ ਜਿਹੜੇ ਵੱਡੇ ਲੋਕ ਹੁੰਦੇ ਨੇ ਨਾ ਇਹ ਬੇਰਹਿਮ ਹੁੰਦੇ ਨੇ,
ਹੁਣ ਤੈਨੂੰ ਕੰਮ ਚਾਹੀਦਾ। ਹਾਂਜੀ, ਮੈਂ ਕੰਮ ਕਰ ਵੀ ਦਿੱਤੇ ਸੀਗੇ ਜੀ ਇਹਨਾਂ ਦੇ, ਕਰਦੀ ਸੀਗੀ 2-3 ਮਹੀਨਿਆਂ ਤੋਂ, ਪਰ ਮੇਰੀ ਤਨਖਾਹ ਮੰਗਣ ਤੇ ਇਹਨਾਂ ਨੇ ਮੈਨੂੰ ਘਰੋਂ ਕੱਢਤਾ। ਕਿੰਨੀ ਤਨਖਾਹ ਦਿੰਦੇ ਨੇ ਤੈਨੂੰ? ਬਸ ਆਹੀ 2000 ਮਸਾਂ ਦਿੰਦੇ ਨੇ ਜੀ, ਰੋਟੀ ਟੁੱਕ ਕਰਦੀ ਸੀ, ਕੱਪੜੇ ਧੋਂਦੀ ਸੀ ਮੈਂ ਇਹਨਾਂ ਦੇ। ਇੰਨੇ ਕੰਮ ਦਾ 2000? ਚੱਲ ਤੂੰ ਐਂ ਕਰ, ਟੈਨਸ਼ਨ ਨਾ ਕਰ, ਰੋ ਨਾ। ਮੇਰੇ ਨਾ ਮੈਡਮ ਉਹਨਾਂ ਦਾ ਕੰਮ ਵਾਲੇ ਹਟ ਗਏ। ਹਾਂਜੀ, ਤੇ ਉਹਨਾਂ ਦੇ ਝਾੜੂ ਪੋਚਾ ਕਰਨਾ। ਸੁੱਚੀ? ਹਾਂ, ਮੈਨੂੰ ਕੰਮ ਦੇ ਦੇਣਗੇ? ਮਾਂ ਤੈਨੂੰ ਕੰਮ ਪੱਕਾ, ਤੇ ਤੈਨੂੰ ਤਨਖਾਹ ਵੀ 5000 ਮਿਲੂਗੀ। ਸੱਚੀ ਭੈਣੇ? ਮੈਂ ਕਿਹਾ ਸੱਚੀ ਹੈ, ਬਾਲਾ ਭਲਾ ਹੋਊਗਾ ਭੈਣੇ ਸੱਚੀ, ਜੇ ਤੂੰ ਮੇਰਾ ਇੰਨਾ ਕੰਮ ਕਰ ਦੇਂਗੀ। ਆ ਜਾ ਫਿਰ ਸੱਚੀ। ਮੈਂ ਕਿਹਾ ਜਮੀ ਸੱਚ, ਤੂੰ ਇਹਨੂੰ ਸੁਪਨਾ ਨਾ ਮੰਨ। ਮੈਡਮ ਬਹੁਤ ਸਾਫ਼ ਦਿਲ ਦੇ ਨੇ, ਗਰੀਬਾਂ ਦਾ ਬਹੁਤ ਭਲਾ ਕਰਦੇ, ਹਰੇਕ ਦੀ ਮਦਦ ਕਰਦੇ। ਹਾਏ ਹਾਏ, ਤੁਸੀਂ ਤਾਂ ਮੇਰੇ ਲਈ ਨਾ ਰੱਬ ਹੋ, ਯਕੀਨ ਹੀ ਨਹੀਂ ਆ ਰਿਹਾ ਮੈਨੂੰ ਤਾਂ। ਚੱਲ ਕੋਈ ਨਾ, ਆ ਜਾਓ ਤੁਸੀਂ ਮੇਰੇ ਨਾਲ ਆ ਜਾਓ। ਧੰਨਵਾਦ ਜੀ ਤੁਹਾਡਾ। ਇਧਰਲੀ ਸਾਈਡ 'ਚ ਦੱਸਿਆ ਸੀਗਾ ਘਰ, ਚੱਲ ਇੱਧਰ ਦੇਖਦੀ ਹਾਂ। ਚੱਲ ਇਹਨਾਂ ਨੂੰ ਪੁੱਛਦੀ ਹਾਂ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਨਾ ਸੀ ਤੋਂ ਕੇ ਜਾਣਾ ਸੀਗਾ। ਸੀ ਤੋਂ ਕੇ? ਹਾਂਜੀ। ਕੀ ਗੱਲ, ਕੀ ਕੰਮ ਹੈ ਸੀ ਤੋਂ ਕੇ? ਉਹਨਾਂ ਨੇ ਨਾ ਕੰਮ ਨੂੰ ਦੱਸ ਪਏ ਸੀ। ਅੱਛਾ, ਕੀ ਕੰਮ ਕਰਨਾ ਤੂੰ ਉਹਨਾਂ ਦੇ? ਬਸ ਆਹੀ ਜੀ, ਝਾੜੂ ਪੋਚਾ ਤੇ ਬਸ ਸਫਾਈਆਂ। ਓ ਅੱਛਾ, ਰੋਟੀ ਰਸੋਈ ਦਾ ਹੋਵੇ। ਅੱਛਾ ਅੱਛਾ, ਤੇ ਕਿੰਨੇ ਪੈਸੇ ਦੇ ਦੇਣਗੇ ਤੈਨੂੰ? ਉਹ ਵੱਧ ਤੋਂ ਵੱਧ ਵੀ ਵਿੱਚ ਰਸੋਈ ਦਾ ਲਾ ਕੇ 5000 ਕਹਿੰਦੇ ਸੀਗੇ ਜੀ। ਵਿੱਚ ਰਸੋਈ ਦਾ ਲਾ ਕੇ 5000? ਹਾਂਜੀ। ਮੈਂ ਤੈਨੂੰ ਕੱਲੀ ਰਸੋਈ ਦਾ 7000 ਦਵਾਉਂਗੀ। ਇੱਥੇ ਕੰਮ ਦਵਾ ਦਿੰਦੀ ਆ ਤੈਨੂੰ? ਇੱਥੇ ਜੀ? ਹਾਂਜੀ, ਕੱਲੀ ਰਸੋਈ ਦਾ 7000। ਨਾਲੇ ਜਾਣੇ ਵੀ ਬਾਲੇ ਨੀ, 4-5 ਜਾਣਿਆਂ ਦੀ ਖਾਣਾ ਬਣਾਉਣਾ। ਅੱਛਾ ਜੀ, ਖਾਣਾ ਬਣਾਉਣਾ, ਭਾਂਡੇ ਮਾਂਜਣੇ ਨੇ, ਤੇ ਆ ਭੈਣੇ ਝਾੜੂ ਪੋਚੇ ਦੀ ਹੈਲਪ ਤੇਰੀ ਇਹ ਕਰੂੰਗੀ। ਠੀਕ ਹੈ। ਅੱਛਾ ਵੀ ਇਹ ਵੀ ਤੁਸੀਂ ਲਵਾਈ ਹੈ? ਹਾਂ, ਬਸ ਪਹਿਲੀ ਵਾਰ ਅੱਜ ਮਿਲਿਆ। ਅੱਛਾ ਜੀ, ਸਾਡਾ ਤਾਂ ਕੰਮ ਹੀ ਆ ਹੈ। ਹਾਂਜੀ, ਗਰੀਬਾਂ ਨੂੰ ਕੰਮ ਤੇ ਲਾਉਣਾ। ਚਲੋ ਜੀ, ਵਧੀਆ ਗੱਲ ਹੈ, ਉਹਨਾਂ ਦੀ ਮਦਦ ਕਰਨੀ। ਚਲੋ ਫਿਰ ਮੈਂ ਉੱਧਰ ਕਿਉਂ ਜਾਊਂਗੀ, ਫਿਰ ਮੈਨੂੰ ਤੁਸੀਂ ਉਹ ਲਵਾ ਦਿਓ। ਆ ਜਾਓ ਫਿਰ। ਚਲੋ ਨਾਲ ਮੇਰਾ ਚਲਾ ਦੀਦੀ ਦਾ ਸਾਥ ਹੋ ਜੂਗਾ ਅੱਜ। ਹਾਂ ਚਲੋ ਦੀਦੀ, ਚਲਾ ਤਾਂ ਵਧੀਆ ਹੋ ਗਿਆ। ਹਾਂਜੀ, ਹੈ ਨਾ, ਕਹਿੰਦੇ ਨੇ ਰੱਬ ਹੀ ਮਿਲਿਆਉਂਦਾ ਹੁੰਦਾ ਆਪਾਂ ਨੂੰ। ਪੱਕੀ ਗੱਲ ਹੈ। ਨਮਸਤੇ ਮੈਡਮ ਜੀ। ਨਮਸਤੇ ਰਾਣੀ। ਨਮਸਤੇ ਜੀ। ਨਮਸਤੇ, ਕੀ ਨਾਮ ਹੈ ਤੁਹਾਡਾ? ਮੈਡਮ ਜੀ, ਤੁਸੀਂ ਕਿਹਾ ਸੀ ਨਾ ਵੀ ਕੰਮ ਵਾਸਤੇ 2 ਚਾਹੀਦੀਆਂ ਨੇ, ਇੱਕ 45 ਸਾਲ ਦੀ ਤੇ ਇੱਕ 38 ਸਾਲ ਦੀ, ਦੋਨੋਂ ਪਰਫੈਕਟ ਨੇ ਨਾ? ਸੈਲਰੀ ਸੂਲਰੀ ਦੀ ਗੱਲ ਕਰ ਲੈਣੀ ਸੀ। ਹਾਂਜੀ ਮੈਡਮ, ਮੇਰਾ ਨਾਮ ਸੁਖਪਾਲ ਕੌਰ ਹੈ ਜੀ। ਅੱਛਾ, ਹਾਂਜੀ, ਕੀ ਕੰਮ ਕਰ ਲਉਂਗੀ? ਕੰਮ ਮੈਂ ਬਸ ਘਰ ਦੀਆਂ ਸਫਾਈਆਂ, ਝਾੜੂ ਪੋਚਾ ਸਾਰਾ ਕਰ ਲਏ। ਤੁਸੀਂ ਮੈਡਮ ਕੀ ਕੰਮ ਕਰੋਗੇ ਜੀ? ਅੱਗਾ ਆ ਜਾਓ। ਮੇਰਾ ਨਾਮ ਅਮਨ ਜੀ। ਅੱਛਾ, ਤੇ ਰਸੋਈ ਦਾ ਕੰਮ ਕਰ ਲਾਂਗੇ। ਹਾਂ, ਰਸੋਈ ਦਾ।
ਠੀਕ ਹੈ, ਕੋਈ ਗੱਲ ਨਹੀਂ, ਕੰਮ ਤਾਂ ਤੁਹਾਨੂੰ ਦੇਣਾ ਹੀ ਪੈਣਾ। ਹੋਰ ਕਿਹੜਾ ਕਿਹੜਾ ਕੰਮ ਕਰ ਲੈਂਦੀ ਹਾਂ? ਬਸ ਥੋੜ੍ਹਾ ਬਹੁਤਾ ਕੱਪੜੇ ਕੁੱਪੜੇ ਵੀ ਸੀ ਲੈਂਦੀ ਹਾਂ ਮੈਂ, ਸਿਲਾਈ ਸਲੂਈ ਕਰ ਲੈਂਦੀ ਹਾਂ ਮੈਡਮ। ਅੱਛਾ, ਹਾਂਜੀ, ਕੋਈ ਪਾਰਲਰ ਪੁਲਰ ਦਾ ਨਹੀਂ ਜਾਣਦੇ ਆ? ਤੁਸੀਂ ਕੀ ਜਾਣਦੇ ਦੱਸ ਦਿਓ ਮੈਡਮ। ਮੈਂ ਤਾਂ ਪਾਰਲਰ ਦਾ ਜਾਣਦੀ ਨਹੀਂ ਜੀ। ਅੱਛਾ, ਚੱਲ ਕੋਈ ਨਾ ਮੈਡਮ ਜੀ, ਪਾਰਲਰ ਦਾ ਆਪਾਂ ਸਿਖਾ ਲਵਾਂਗੇ। ਬਸ ਰਾਣੀ, ਇਹਨਾਂ ਨੂੰ ਮਸਾਜ ਕਰਨੀ ਸਿਖਾ ਦੇ। ਨਹੀਂ ਨਹੀਂ ਕੋਈ ਨਹੀਂ, ਤੁਸੀਂ ਕਿਉਂ ਘਾਬਰਦੀਆਂ, ਕਨਫਿਊਜ਼ ਨਾ ਹੋਵੋ। ਬਸ ਤੁਸੀਂ ਹਾਂ ਮੈਡਮ ਜੀ, ਸਾਨੂੰ ਦੱਸ ਦਿਓ ਕੀ ਕੰਮ ਕਰਨਾ, ਅਸੀਂ ਕੰਮ ਕਾਰ ਸ਼ੁਰੂ ਕਰ ਦਈਏ ਆਪਣਾ। ਅੱਛਾ ਜੀ, ਸੈਲਰੀ ਨੂੰ 10-10 ਹਜ਼ਾਰ ਬਹੁਤ ਹੈ ਕਿ ਉਮਰ ਦੇ ਹਿਸਾਬ ਨਾਲ ਘੱਟ ਵੱਧ? ਬਸ ਮੈਡਮ ਬਹੁਤ ਹੈ। ਤੁਹਾਨੂੰ ਪਤਾ ਤੁਸੀਂ ਕਿਹੜਾ ਕੰਮ ਕਰਨਾ ਇੱਥੇ? ਅਸੀਂ ਜੋ ਪਹਿਲਾਂ ਕੰਮ ਕਰਦੇ ਸੀ ਉਹੀ ਕੰਮ ਕਰਾਂਗੇ ਨਾ ਮੈਡਮ ਜੀ, ਝਾੜੂ ਪੋਚਾ, ਸਫਾਈਆਂ, ਰੋਟੀ ਬਣਾਉਣੀ। ਪਰ ਤੁਸੀਂ ਕੀ ਕਹਿ ਰਹੇ ਹੋ ਮੈਡਮ? ਤੁਸੀਂ ਇੱਥੇ ਬੰਦਿਆਂ ਨੂੰ ਖੁਸ਼ ਕਰਨਾ। ਰਾਣੀ ਬਾਹਰ ਲਾਇਆ। ਦੇਖੋ ਤੁਸੀਂ ਮੇਰੇ ਚੁੰਗਲ ਵਿੱਚ ਆ ਗਈਆਂ, ਜਾਣ ਤਾਂ ਨਹੀਂ ਮੈਂ ਤੁਹਾਨੂੰ ਦਿੰਦੀ। ਜੇ ਬਾਹਰ ਜਾ ਕੇ ਮੇਰਾ ਰੌਲਾ ਪਾਉਂਗੀਆਂ ਤਾਂ ਜਾਣ ਤੋਂ ਹੱਥ ਧੋ ਬੈਠੂੰਗੀਆਂ। ਇਹਦੇ ਨਾਲੋਂ ਚੰਗਾ ਹੈ, ਦੇਖੋ ਤੁਸੀਂ ਹੈਗੀਆਂ ਦੁਖੀ ਮੇਰੇ ਕੋਲ ਆਈਆਂ, ਮੈਂ ਤੁਹਾਡਾ ਦੁੱਖ ਸਮਝਦੀ ਹਾਂ। ਬਸ ਜਿਵੇਂ ਜਿਵੇਂ ਮੈਂ ਕਹੂੰਗੀ ਉਵੇਂ ਉਵੇਂ ਤੁਸੀਂ ਕਰਦੀਆਂ ਜਾਓ। ਤਨਖਾਹ ਤੁਹਾਨੂੰ ਤੁਹਾਡੀ 10 ਨਹੀਂ 15-15 ਹਜ਼ਾਰ ਮਿਲੂਗੀ। ਬਸ ਜਿਹੜੇ ਮੇਰੇ ਕਸਟਮਰ ਆਉਣੇ ਆ ਤੁਸੀਂ ਉਹਨਾਂ ਨੂੰ ਖੁਸ਼ ਕਰਨਾ। ਮੈਡਮ ਮੈਂ ਤੁਹਾਡੇ ਕੋਲ ਇੱਕ ਬੇਨਤੀ ਕਰਦੀ ਹਾਂ, ਮੈਂ ਘੱਟ ਖਾ ਲੂੰ, ਇੱਜ਼ਤ ਦਿਖਾਊ, ਮੈਨੂੰ ਆਪਦੇ ਘਰੇ ਕੰਮ ਕਾਰ ਇਹੋ ਜਿਹਾ ਦੇ ਦਿਓ, ਹਾੜੇ ਰੱਬ ਦਾ ਵਾਸਤਾ ਮੈਡਮ ਜੀ। ਨਾ ਕੀ ਦੱਸਿਆ ਤੂੰ ਸੁਖਪਾਲ ਕੌਰ? ਉਹ ਇੱਜ਼ਤ ਸੀ ਜਦੋਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢਿਆ ਸੀ, ਯਾਦ ਕਰ ਉਸ ਟਾਈਮ ਨੂੰ। ਚਲੋ ਠੀਕ ਹੈ ਮੈਡਮ, ਅਸੀਂ ਆਪੋ ਆਪਣਾ ਕੰਮ ਕਰਦੇ ਹਾਂ। ਕਿਹੜਾ ਕੰਮ? ਜਾਂਦੇ ਹਾਂ ਅਸੀਂ ਮੈਡਮ। ਕਿਤੇ ਨਹੀਂ ਜਾਣਾ ਤੁਸੀਂ, ਜੋ ਮੈਂ ਕਹਿੰਦੀ ਹਾਂ ਨਾ ਉਹ ਕਰੋ। ਖਬਰਦਾਰ, ਜੇ ਬਾਹਰ ਤੋਂ ਬਾਹਰ ਗਈਆਂ ਆਪਣੀ ਜਾਨ ਤੋਂ ਹੱਥ ਧੋ ਬੈਠੂੰਗੀਆਂ। ਤੁਹਾਡੇ ਵਰਗੀਆਂ ਹੋਰ ਬਹੁਤ ਉੱਥੇ ਚੜੇਲਾਂ ਅੰਦਰ ਬੰਨ ਰੱਖੀਆਂ, ਜੇ ਮੇਰੇ ਗਾਹਕਾਂ ਨੂੰ ਖੁਸ਼ ਨਾ ਕੀਤਾ ਨਾ ਮੇਰੇ ਤੋਂ ਬੁਰਾ ਕੋਈ ਨਹੀਂ, ਦੇਖ ਲਓ। ਰੋਣਾ ਨਹੀਂ, ਰੋਂਦੇ ਚਿਹਰੇ ਮੈਨੂੰ ਚੰਗੇ ਨਹੀਂ ਲੱਗਦੇ, ਮੈਨੂੰ ਤਾਂ ਹਸਮੁੱਖ ਜਏ ਸੋਹਣੇ ਸੋਹਣੇ ਸਜੇ ਸਜੇ ਜਿਵੇਂ ਅਸੀਂ ਦੋਨੋਂ ਇੱਦਾਂ ਦੇ ਚਿਹਰੇ ਸੋਹਣੇ ਲੱਗਦੇ ਆ, ਕਿਉਂਕਿ ਹੱਸਦੇ ਚਿਹਰਿਆਂ ਨੂੰ ਕਸਟਮਰ ਜ਼ਿਆਦਾ ਪਸੰਦ ਕਰਦੇ ਆ, ਰੋਂਦਿਆਂ ਨੂੰ ਦੇਖ ਕੇ ਤਾਂ ਉਹ ਭੱਜ ਜਾਂਦੇ ਆ। ਕੋਈ ਨਾ ਜੀ, ਘਬਰਾ ਗਈ ਮੈਡਮ ਜੀ, ਨਾਲੇ ਇਹਨੂੰ ਇਹਦੇ ਗਾਹਕ ਬਾਰੇ ਦੱਸ ਦਿਓ ਨਾ। ਹਾਂ ਸੱਚ, ਤੂੰ ਫਿਕਰ ਨਾ ਕਰ, ਇੱਕ ਕਸਟਮਰ ਆਉਣ ਲੱਗਾ, ਉਹਦੀ ਉਮਰ ਵੀ 80-90 ਸਾਲ ਦੀ ਆ,
ਕੁਛ ਨਹੀਂ ਕਰਨਾ, ਕੁਛ ਵੀ ਨਹੀਂ ਕਰਨਾ, ਬਸ ਤੂੰ ਗਾਹਕ ਨੂੰ ਖੁਸ਼ ਕਰਨਾ, ਠੀਕ ਹੈ ਨਾ? ਮੇਰੀ ਗੱਲ ਸੁਣ ਲੈ, ਜੇ ਬਾਲਾ ਫੜਫੜਾਉਣ ਦੀ ਕੋਸ਼ਿਸ਼ ਕੀਤੀ ਨਾ, ਫਿਰ ਦੇਖ ਲਈ ਮੈਂ ਤੇਰੀਆਂ ਅੱਖਾਂ ਪਛਾਣ ਲਈਆਂ, ਤੇਰਾ ਦਿਮਾਗ ਕੁਛ ਜ਼ਿਆਦਾ ਕੰਮ ਕਰਦਾ। ਜੇ ਕੋਈ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਨਾ, ਮੇਰੇ ਤੋਂ ਬੁਰਾ ਕੋਈ ਨਹੀਂ, ਲੱਗੀ ਸਮਝ? ਚੱਲ ਉਹਦੇ ਮਗਰ। ਰਾਣੀ, ਹਾਂਜੀ, ਕਰਮੀ ਨੂੰ ਸਮਝਾ ਦੇਣਾ ਸੀ, ਇਹਨਾਂ ਨੂੰ ਸਮਝਾ ਦੇਵੇ। ਜੇ ਨਹੀਂ ਕਿਸੇ ਨੱਠਣ ਭੱਜਣ ਦੀ ਕੋਸ਼ਿਸ਼ ਕੀਤੀ ਨਾ, ਕੋਈ ਗੱਲ ਨਹੀਂ, ਕਰਮਾ ਭਾਵੇਂ ਲੱਤ ਬਾਂਹ ਤੋੜ ਦੇਵੇ ਇਹਨਾਂ ਦੀ। ਮੈਡਮ ਜੀ, ਤੁਸੀਂ ਫਿਕਰ ਕਾਹਤੇ ਕਰਦੇ ਹੋ? ਇਹ ਨੱਠ ਭੱਜ ਭੱਜਣ ਤਾਂ ਆਪਾਂ ਉਹ ਨਹੀਂ ਦਿੱਤੀ ਜਿਹੜੀ ਭੱਜਣ ਦੀ ਔਕਾਤ 'ਚ ਸੀਗੀ, ਇਹ ਕਿੱਥੋਂ ਭੱਜ ਲੈਣਗੀਆਂ? ਸੱਚ, ਹਰੀਤ ਨੂੰ ਕਮਰੇ ਤੋਂ ਬਾਅਦ ਕੱਢ ਲੈਣਾ ਸੀ ਕਿਉਂਕਿ ਕਸਟਮਰ ਚਲੇ ਗਿਆ। ਅਤੇ ਨਾਲੇ ਮੇਰੀ ਗੱਲ ਸੁਣ, ਉਹ ਮੇਰੇ ਕੋਲ ਸਮਾਜ ਸੇਵੀ ਜਿਹਾ ਗੁਰਚਰਨ ਸਿੰਘ ਆਉਣ ਵਾਲਾ ਹੈ, ਪਤਾ ਨਹੀਂ ਹੁਣ ਕੀ ਕਰਨਾ ਹੋਊਗਾ ਕੀ ਨਹੀਂ। ਮੈਂ ਉਹਨੂੰ ਸੰਭਾਲਦੀ ਹਾਂ, ਇਹਨਾਂ ਨੂੰ ਦੂਰੇ ਰੱਖੀ ਅਤੇ ਪਾਣੀ ਧਾਣੀ ਆਪ ਫੜਾਈ, ਦੂਰ ਨੇੜੇ ਨਾ ਜਾਈ, ਮੇਰੇ ਆਸੇ ਪਾਸੇ ਰਹੀ, ਕਿਤੇ ਉਹਨੂੰ ਭਿਣਕ ਪੈ ਗਈ ਨਾ। ਇੱਦਾਂ ਦੇ ਬੰਦੇ ਜਿਹੜੇ ਮਿੰਨੇ ਮਿਸਣੇ ਹੁੰਦੇ ਆ, ਉਹ ਜ਼ਿਆਦਾ ਤੰਗ ਕਰਦੇ ਆ, ਇਹਨਾਂ ਦੀਆਂ ਜੜ੍ਹਾਂ ਬਹੁਤ ਲੰਬੀਆਂ ਹੁੰਦੀਆਂ। ਜੋ ਹੁਕਮ ਮੈਡਮ ਜੀ। ਇਹਨਾਂ ਨੂੰ ਦੇਖ ਅਤੇ ਚਾਹ ਪਾਣੀ ਪਵਾ ਦੇ, ਫਿਰ ਵੀ ਆਪਾਂ ਇਨਸਾਨ ਆ। ਹੁਣ ਗੁਰਚਰਨ ਪਤਾ ਨਹੀਂ ਕੀ ਕਰਨ ਆ ਰਿਹਾ, ਦੇਖਦੀ ਹਾਂ, ਫਿਰ ਨਾ ਕੋਈ ਵਿਗਾੜ ਪਾ ਦੇਵੇ ਵੀ ਮੈਡਮ ਜੀ ਆਹ ਕੰਮ ਕਰਨਾ, ਥੋੜ੍ਹੀ ਜਿਹੀ ਜਮ੍ਹਾਂ ਪੂੰਜੀ ਤਾਂ ਦੇ ਦਿਓ। ਕੋਈ ਨਹੀਂ, ਦੇਖਦੀ ਹਾਂ, ਅੱਜ ਇਹਦਾ ਵੀ ਟਾਲਾ ਬੁੱਤਾ ਕਰਨਾ ਹੀ ਪੈਣਾ। ਕਰਮੇ, ਇਹਨਾਂ ਨੂੰ ਸਾਰਾ ਕੁਛ ਨਾ ਚੰਗੀ ਤਰ੍ਹਾਂ ਸਮਝਾ ਦੇ, ਨਾਲੇ ਮੈਡਮ ਦੇ ਸੁਭਾਅ ਬਾਰੇ ਦੱਸ। ਹਾਂ, ਇੱਕ ਗੱਲ ਹੋਈ, ਇਹਨਾਂ ਨੂੰ ਕਹਿ ਮੂੰਹ ਉਦੋਂ ਹੀ ਖੋਲ੍ਹਣਾ ਜਦੋਂ ਖਾਣਾ ਖਾਣਾ। ਠੀਕ ਹੈ। ਬਸ ਮੈਂ ਤੁਹਾਨੂੰ ਕੀ ਦੱਸਾਂ, ਮੈਂ ਤੁਹਾਨੂੰ ਸਾਰੀ ਕਹਾਣੀ ਬਾਅਦ ਚ ਦੱਸੂ। ਇਹ ਵੀ ਆਪਣੇ ਨੂੰ ਮੁਸੀਬਤ ਦਾ ਮਾਰਿਆ, ਤੂੰ ਤਾਂ ਇਸੇ ਪਿੰਡ ਦੇ ਲਵੇ ਲੱਗਦਾ, ਮੈਨੂੰ ਤਾਂ ਇਸੇ ਪਿੰਡ ਚੋਂ ਤਾਂ ਨਹੀਂ ਕਿਤੇ। ਹਾਂ, ਮੈਂ ਇਸੇ ਪਿੰਡ 'ਚ ਹੀ। ਫਿਰ ਮੈਨੂੰ ਇਹ ਦੱਸ, ਤੂੰ ਇਹੋ ਜਿਹੀ ਥਾਂ 'ਤੇ ਕੀ ਕਰਦਾ ਹੈਗਾ? ਬਸ ਤੁਸੀਂ ਮੇਰੇ ਬਾਰੇ ਕੀ ਪੁੱਛਦੇ ਹੋ? ਜਿਹੜੀ ਮੇਰੇ ਨਾਲ ਬਣੀ ਹੈ ਉਹ ਤਾਂ ਰੱਬ ਕਿਸੇ ਨਾਲ ਨਾ ਬਣਾਵੇ, ਪਰ ਮੈਨੂੰ ਇਹ ਦੱਸੋ ਵੀ ਤੁਹਾਨੂੰ ਕਿਵੇਂ ਲਿਆ ਹੈ? ਮੇਰੀ ਵੀ ਗੱਲ ਸੁਣਾ, ਪਹਿਲਾਂ ਮੈਨੂੰ ਦੱਸ ਦੇ। ਮੈਂ ਤਾਂ ਕੰਮ ਦੀ ਭਾਲ 'ਚ ਸੀ, ਮੈਨੂੰ ਨਾ ਜਦੋਂ 2-3 ਮਹੀਨੇ ਹੋ ਗਏ ਕੰਮ ਦੇ ਪੈਸੇ ਨਹੀਂ ਦਿੱਤੇ, ਮੈਨੂੰ ਧੱਕੇ ਮਾਰ ਕੇ ਕੱਢਤਾ ਮਾਲਕਣੀ ਨੇ। ਇਤਨੀ ਇਹ ਮੇਰੇ ਮਗਰ ਆਉਂਦੀ ਸੀ, ਆਹ ਮੋਟੀ ਜੀ, ਕਹਿੰਦੀ ਕੀ ਗੱਲ ਹੈ? ਮੈਂ ਜਦੋਂ ਦੇਖਿਆ, ਮੈਂ ਕਿਹਾ ਮੈਂ ਤਾਂ ਕੰਮ ਦੀ ਭਾਲ 'ਚ ਹਾਂ, ਬੰਦਾ ਮੇਰੇ ਸਿਰ 'ਤੇ ਨਹੀਂ ਹੈਗਾ, ਨਾ ਕੋਈ ਮੇਰੇ ਬਾਲ ਬੱਚੇ ਹੈਗਾ, ਟਾਈਮ ਪਾਸ ਕਰਦੀ ਹਾਂ। ਮੈਨੂੰ ਕਹਿੰਦੀ ਕੋਈ ਨਹੀਂ, ਫਿਕਰ ਨਾ ਕਰ, ਤੈਨੂੰ ਕੰਮ ਮੈਂ ਦਵਾਵਾਂਗੀ। ਮੈਨੂੰ ਤਾਂ ਇਸ ਜਾਲ 'ਚ ਲੈ ਕੇ ਆਈ ਹੈ ਇਹ, ਅਤੇ ਇੱਥੇ ਆ ਕੇ ਪਤਾ ਲੱਗਿਆ
ਹੋਰ ਹੀ ਰੰਗ ਢੰਗ ਇਹਨਾਂ ਦੇ, ਮੈਨੂੰ ਤਾਂ ਡਰ ਲੱਗਦਾ। ਬਸ ਇਹ ਅਸੀਂ ਜਾਲ 'ਚ ਫਸਾ ਕੇ ਲਿਆਉਂਦੀਆਂ ਨੇ, ਇੱਥੇ ਹਜ਼ਾਰਾਂ ਹੀ ਕੁੜੀਆਂ ਤੁਰੀਆਂ ਫਿਰਦੀਆਂ ਨੇ। ਸਾਨੂੰ ਵੀ ਵਰਤ ਤੂੰ ਬਾਹਰ ਕਢਵਾ ਦੇ। ਬਾਹਰ ਬਾਹਰ ਤਾਂ ਮੈਂ ਆਪ ਨਿਕਲਣ ਨੂੰ ਫਿਰਦਾ, ਪਰ ਅੱਜ ਤੱਕ ਤੂੰ ਮੇਰੇ ਪੁੱਤਾਂ ਵਰਗੇਗਾ, ਤੂੰ ਹੀ ਸਾਡੀ ਹੈਲਪ ਕਰਦੇ ਪੁੱਤ। ਮੈਂ ਵੀ ਇੱਥੇ ਬਹੁਤ ਮਜ਼ਬੂਰ ਹਾਂ, ਮੈਂ ਤੁਹਾਡੀ ਕੋਈ ਹੈਲਪ ਨਹੀਂ ਕਰਦਾ, ਪਰ ਮੈਨੂੰ ਤਾਂ ਜੋ ਰੋਟੀ ਕਹੋਗੇ ਰੋਟੀ ਲਿਆ ਦਿਓ, ਜੇ ਪਾਣੀ ਕਹੋਗੇ ਪਾਣੀ ਲਿਆ ਦਿਓ। ਚਲ ਹੌਸਲਾ ਰੱਖ, ਬਹਿ ਜਾਓ, ਮੈਂ ਲਿਆਉਣਾ ਕੁਛ ਖਾਣ ਨੂੰ। ਦੋਨੇ ਇੰਨੀਆਂ ਚਲਾਕ ਨੇ, ਅੱਖਾਂ 'ਚ ਹੀ ਗੱਲ ਕਰਦੀਆਂ ਨੇ, ਐਂ ਘੁਮਾਉਂਦੀਆਂ ਨੇ ਅੱਖਾਂ। ਨਹੀਂ ਇਹ ਕੀ ਚਲਾਕ, ਉਦੋਂ ਪਹਿਲਾਂ ਤਾਂ ਮੋਟੋ ਜੀ ਚਲਾਕ ਹੈਗੀ। ਹਾਂ ਚਲਾਕ ਦੇਖ ਲੈ, ਗੱਲ 'ਚ ਨਹੀਂ ਆਉਣ ਦਿੰਦੀ ਸੀਗੀ, ਕਹਿੰਦੀ ਬਸ ਉਹਨੂੰ ਕੰਮ 'ਤੇ ਲਵਾ ਦੂੰ। ਤੁਸੀਂ ਕੀ ਕੰਮ ਕਰ ਸਕਦੇ ਹੋ ਦੱਸ? ਮੈਂ ਵੀ ਭੈਣ ਤੈਨੂੰ ਦੇਖਦੀ ਹਾਂ ਕਰਦੀ, ਮੈਂ ਚੱਲ ਤੂੰ ਵੀ ਮੇਰੇ ਵਰਗੀ ਹੈ ਕੰਮ ਦੀ ਮਾਰੀ। ਕੋਈ ਗੱਲ ਸੁਣ, ਇਹ ਆਪਣੇ ਨਾ ਜਵਾਕਾਂ ਵਰਗ ਹੈਗਾ, ਆਪਾਂ ਇਹਦੇ ਨਾਲ ਗੱਲ ਕੁਛ ਕਰਾਂਗੇ, ਆਪਾਂ ਨੂੰ ਦੱਸ ਦਿਓ, ਇਹਦੇ ਨਾਲ ਆਪਾਂ ਕੌੜੀਆਂ ਨਹੀਂ ਹੁੰਦੀਆਂ ਨੇ, ਸਮਝ ਗਈ? ਉਹ ਮੋਟੀ ਹੀ ਜਾ ਬਸ ਦੋ ਤੋਂ ਬਾਅਦ ਚੁੱਪ ਕਰ ਜਾ, ਚੁੱਪ ਕਰ ਜਾ, ਸੁਣ ਨਾ ਜਾਵੇ। ਬਾਬਾ ਤੂੰ ਵੀ ਬਚਾਈ ਇਹੋ ਜਿਹੇ ਬੰਦਿਆਂ ਤੋਂ। ਕਿਉਂ ਕਬੂਤਰੀਏ, ਗੱਲ ਸੁਣ ਲੈ ਮੇਰੀ, ਜੋ ਹੋ ਗਿਆ ਠੀਕ ਹੈ, ਪਰ ਜੇ ਤੇਰੀ ਕੋਈ ਸ਼ਿਕਾਇਤ ਆਈ ਨਾ ਉਸ ਆਦਮੀ ਵੱਲੋਂ, ਤਾਂ ਆਪਦੇ ਚਿੱਤ ਨੂੰ ਸੋਚ ਲਈ ਅਤੇ ਮੈਡਮ ਨੇ ਤੇਰਾ ਕੀ ਹਾਸ਼ਰ ਕਰਨਾ, ਸਮਝ ਗਈ? ਅਤੇ ਇੱਕ ਗੱਲ ਹੋਰ, ਤੇਰੀ ਨਾ ਪੇਮੈਂਟ ਮੈਡਮ ਨੇ ਐਡਵਾਂਸ 'ਚ ਲਈ ਹੈ 3 ਲੱਖ, 3 ਲੱਖ ਵਸੂਲਿਆ ਤੇਰਾ ਇੱਕ ਰਾਤ ਦਾ, ਸਮਝ ਗਈ? ਹਾਂ ਉਹ ਸਮਾਜ ਸੇਵੀ ਆਏ ਬੈਠੇ, ਮੈਂ ਮਾੜਾ ਜਿਹਾ ਉਹਨਾਂ ਨਾਲ ਨਜਿੱਠ ਲਾਂ, ਤੂੰ ਬਾਹਰ ਆ ਜੀ, ਥੋੜ੍ਹਾ ਰੋਕ ਕੇ ਆਈ, ਨਾਲੇ ਨਾ ਆ ਮੂੰਹ ਸਿਰ ਆਪਦਾ ਲੁਕੋ ਕੇ ਆਈ, ਸਮਝ ਗਈ? 10 ਮਿੰਟ ਠਹਿਰ ਕੇ ਆਈ ਕਿਤੇ ਹੁਣੀ ਆ ਜੇ। ਸਭ ਠੀਕ ਹੈ? ਬਹੁਤ ਵਧੀਆ ਜੀ, ਤੁਸੀਂ ਦੱਸੋ, ਉਹ ਲੜਕਿਆਂ ਦੇ ਹੋ ਗਿਆ ਸੀ ਵਿਆਹ ਜਿਹੜਾ 1.5-2 ਮਹੀਨੇ ਪਹਿਲਾਂ ਤੁਸੀਂ ਲੈ ਕੇ ਗਏ ਸੀ? ਉਸੇ ਨੇ ਤਾਂ ਸਾਰੇ ਥੋੜੀ ਚਰਚਾ ਕਰਤੀ ਜੀ, ਜੋ ਤੁਹਾਡਾ ਉੱਥੇ ਨਾਂ ਲਿਖਿਆ ਨਾ ਮੋਟੇ ਅੱਖਰਾਂ 'ਚ, ਕਿਆ ਬਾਤ ਆ, ਕਹਿੰਦੇ ਕਿਹੜਾ ਬੰਦਾ ਉੱਠ ਖੜਿਆ ਇੱਥੇ, ਕਿਹੜਾ ਅਗਲੇ ਸਮਾਰ ਕੇ ਵਿਸਤਾਰ ਨਾਲ ਗੱਲ ਸਮਝਾਈ ਮੈਂ, ਬੱਲੇ ਬੱਲੇ ਹੋ ਗਈ ਤੁਹਾਡੀ ਤਾਂ, ਤੁਸੀਂ ਤਾਂ ਸਾਰੇ ਕਿਤੇ ਸਾਹ ਗਏ ਸਾਹ। ਸਰਦਾਰ ਸਾਹਿਬ ਤੁਸੀਂ ਦੱਸਣਾ ਨਹੀਂ ਸੀ, ਮੈਂ ਤਾਂ ਆਪਣੇ ਵੱਲੋਂ ਗੁਪਤਦਾਨ ਕੀਤਾ ਸੀ, ਐਂ ਚਰਚੇ ਜਿਹਾ ਕਰਾਉਣੇ ਨਾ ਮੈਨੂੰ ਚੰਗੇ ਨਹੀਂ ਲੱਗਦੇ। ਓਹੋ ਉਹ ਐਂ ਨਹੀਂ ਕਰਦਾ ਜੀ, ਜੇ ਆਪਾਂ ਗੁਪਤਦਾਨ ਵੀ ਰਖਾ ਦਿੰਦੇ ਫਿਰ ਕਿਸੇ ਨੂੰ ਕੀ ਪਤਾ ਲੱਗਦਾ, ਹੁਣ ਤੁਹਾਨੂੰ ਦੂਰ ਤੱਕ ਪਤਾ ਲੱਗ ਗਿਆ, ਹੁਣ ਭੈਣ ਭਾਈ ਜਿਹਨੂੰ ਲੋੜ ਹੁੰਦੀ ਆ ਤੁਹਾਡੇ ਕੋਲ ਆ ਤਾਂ ਜਾਇਆ ਕਰੂਗਾ, ਗੱਲ ਇਹ ਹੈ। ਚਲੋ ਮੈਨੂੰ ਤਾਂ ਜਿੱਥੇ ਕੋ ਗਰੀਬ ਪਰਿਵਾਰ, ਗਰੀਬ ਫੈਮਿਲੀ, ਗਰੀਬ ਧੀ ਪੁੱਤ ਮਿਲਦਾ ਮੈਂ ਤਾਂ ਉੱਥੇ ਮਦਦ ਕਰਨ ਪਹੁੰਚ ਜਾਂਦੀ ਹਾਂ, ਤੁਹਾਨੂੰ ਪਤਾ ਹੀ ਹੈ ਜੀ। ਨਹੀਂ ਨਹੀਂ ਬਹੁਤ ਸੁਣਿਆ, ਆ ਗਰੀਬ ਘਰ ਦੇ ਕੁੜੀਆਂ ਨੂੰ ਉਹਨੂੰ ਕੰਮ 'ਤੇ ਦਵਾ ਤਾ, ਉਹਨੂੰ ਨੌਕਰੀ ਦਵਾ ਤੀ, ਆਹ ਤਾਂ ਮੈਨੂੰ ਗੱਲ ਹੋਰ ਸੁਣੀ ਹੈਗੀ, ਕਹਿੰਦੇ ਇੱਕ ਨੂੰ ਕੰਮ ਦਵਾਉਣਾ ਤੁਸੀਂ, ਆਹ ਬਹੁਤ ਵਧੀਆ ਕੰਮ ਕਰਦੇ ਹੋ, ਜਿਹੜਾ ਗਰੀਬ ਨੂੰ ਕੰਮ ਦਵਾਉਣਾ ਜੀ। ਪਾਣੀ ਪਿਓ ਜੀ। ਇਹ ਬਹੁਤ ਚੰਗੀ ਗੱਲ ਹੈ ਤੁਹਾਡੀ। ਹੋਰ ਰਾਣੀ ਠੀਕ ਹੈ?
ਇਹ ਭੈਣ ਜੀ ਮੇਰੇ ਨਾਲ ਹੀ ਰਹਿੰਦੇ ਨੇ। ਹਾਂਜੀ ਹਾਂ, ਬਸ ਮੇਰੇ ਨਾਲੋਂ ਵੱਧ ਕਿਰਪਾ ਤਾਂ ਇਹਦੀ ਹੈ, ਇਹੀ ਜਿੰਨੇ ਸਮਾਜ ਸੇਵੀ ਦੇ ਕੰਮ ਕਰਦੀ ਆ, ਵੱਧ ਚੜ੍ਹ ਕੇ ਕਰਦੀ ਆ। ਮੈਂ ਤਾਂ ਬਸ ਇਹਨੂੰ ਹੁਕਮ ਹੀ ਲਾਉਣਾ ਹੁੰਦਾ ਵੀ ਰਾਣੀ ਆਹ ਕੰਮ ਕਰਦੇ, ਰਾਣੀ ਆਹ ਕੰਮ ਕਰਦੇ। ਗਰੀਬ ਕੁੜੀਆਂ ਬਾਰੇ ਤਾਂ ਇਹੀ ਪਤਾ ਕਰਦੀ ਆ ਵਿਚਾਰੀ, ਫਿਰ ਕੰਮ ਲੱਭ ਕੇ ਦਿੰਦੀ ਉਹਨਾਂ ਨੂੰ। ਚਲੋ ਚੰਗੀ ਗੱਲ ਆ ਜੀ, ਜਿਹੜਾ ਤੁਸੀਂ ਕੰਮ ਵਾਲਾ ਕੰਮ ਆ ਨਾ, ਇਹ ਤਾਂ ਕਹਿੰਦੇ ਦਾਨ ਕੰਮ ਨਾਲੋਂ ਵੀ ਵੱਡਾ ਗਾ। ਹਜੇ ਦਾਨ ਕਰਦੇ ਹਾਂ ਉਹਦਾ ਨਹੀਂ, ਜਿਹੜਾ ਇਹਦਾ ਪੁੰਨ ਜ਼ਿਆਦਾ ਲੱਗਦਾ, ਜਿਹੜਾ ਆਪਾਂ ਕਿਸੇ ਗਰੀਬ ਘਰ ਦੀ ਕੁੜੀ ਨੂੰ ਕੰਮ ਦਵਾਉਂਦੇ ਹਾਂ। ਬਿਲਕੁਲ ਜੀ, ਚਲੋ ਦੋ ਪੈਸੇ ਕਮਾਉਣ ਜੋਗੀ ਗਰੀਬ ਘਰ ਦੀ ਧੀ ਹੋ ਜਾਂਦੀ ਹੈ। ਬਾਕੀ ਤੁਹਾਨੂੰ ਪਤਾ ਹੀ ਆ ਸਮਾਜ ਵਿੱਚ ਅੱਜ ਕੱਲ੍ਹ ਕੀ ਚੱਲਦਾ ਕੀ ਨਹੀਂ, ਬਸ ਆਪਾਂ ਤਾਂ ਪੁੰਨ ਦੇ ਕੰਮ ਕਰੀ ਜਾਂਦੇ ਹਾਂ, ਰੱਬ ਇਹੀ ਕਰਾਈ ਜਾਵੇ। ਬਹੁਤ ਵਧੀਆ ਗੱਲ ਹੈ, ਬਾਕੀ ਤੁਹਾਡੇ ਵਰਗੇ ਭੈਣ ਭਾਈਆਂ ਦਾ ਸਾਥ ਚਾਹੀਦਾ। ਚਲੋ ਕੋਈ ਗੱਲ ਨਹੀਂ, ਇੱਕ ਨਾ ਮੈਂ ਤੁਹਾਡੇ ਕੋਲ ਕੰਮ ਆਇਆ ਸੀਗਾ ਜੀ। ਹਾਂਜੀ, ਇੱਕ ਨਾ ਆਪਣੇ ਇੱਥੇ ਗੱਲ ਸੁਣੀ ਆ ਵੀ ਕੋਈ ਗਰੋਹ ਚੱਲਦਾ ਕੁੜੀਆਂ ਨੂੰ ਫੜ ਫੜ ਕੇ ਗਲਤ ਕੰਮ ਕਰਾਉਣੇ, ਅਤੇ ਮੈਂ ਤਾਂ ਤੁਹਾਡੇ ਕੋਲ ਆਇਆ ਸੀਗਾ। ਮੈਂ ਤਾਂ ਸੁਣ ਰਿਹਾ ਸੀ ਕੰਮ ਤੁਹਾਡਾ ਵੱਡਾ ਗਾ, ਜਾਣਕਾਰੀ ਜਾ ਦਿਓ, ਮੈਂ ਇਹ ਗੱਲ ਧਿਆਨ 'ਚ ਰੱਖੀ। ਅੱਛਾ, ਗਰੋਹ ਚੱਲਦਾ? ਪੂਰਾ ਗਰੋਹ ਆ ਜੀ, ਸੁਣਿਆ ਤਾਂ ਹੈ ਨਹੀਂ ਕਦੀ, ਪਰ ਫਿਰ ਵੀ ਜੇ ਤੁਸੀਂ ਸਰਦਾਰ ਜੀ ਕਹਿੰਦੇ ਹੋ ਤਾਂ ਮੈਂ ਸੱਚੋ ਸਾਹਿਬ ਨਾਲ ਕਰੂੰਗੀ ਗੱਲ ਜੀ। ਤਾਂ ਹੀ ਮੈਂ ਤੁਹਾਡੇ ਕੋਲ ਚੱਲ ਕੇ ਜੀ, ਉਹ ਤੁਹਾਡੀ ਪਹੁੰਚ ਤਾਂ ਦੂਰ ਤੱਕ ਆ ਗਈ। ਕੋਈ ਗੱਲ ਨਹੀਂ, ਮੈਂ DSP ਸਾਹਿਬ ਨੂੰ ਤਾਂ ਕੱਲ੍ਹ ਨੂੰ ਮਿਲਣਾ, ਪਰ ਮੈਂ ਸ਼ਾਮ ਨੂੰ SHO ਸਾਹਿਬ ਨੂੰ ਫੋਨ ਕਰਕੇ ਪੁੱਛ ਲਊਂਗੀ। ਕਿਉਂ ਰਾਣੀ? ਹਾਂਜੀ ਮੈਡਮ ਜੀ, ਮੈਡਮ ਚਾਹ? ਨਹੀਂ ਮੈਨੂੰ ਤਾਂ ਰਾਣੀ ਪਾਣੀ ਲਿਆ ਦੇ, ਮੈਨੂੰ ਥੋੜ੍ਹੀ ਘਬਰਾਈ ਜਿਹੀ ਹੋਣ ਲੱਗ ਪਈ। ਭਾਈ ਜੀ, ਜਿਹੜੀ ਤੁਸੀਂ ਗੱਲ ਦੱਸੀ ਆ ਨਾ, ਮੈਂ ਇਸ ਗੱਲ 'ਤੇ ਗੌਰ ਜ਼ਰੂਰ ਕਰੂੰਗੀ, ਕਿਉਂਕਿ ਕਿਸੇ ਗਰੀਬ ਦੀ ਧੀ ਦਾ ਭਲਾ ਹੋ ਜਾਊਗਾ, ਆਪਾਂ ਦਾ ਕੀ ਘਟਣਾ ਵਧਣਾ। ਸਹੀ ਗੱਲ ਹੈ ਜੀ, ਤਾਂ ਹੀ ਮੈਂ ਤੁਹਾਡੇ ਕੋਲ ਚੱਲ ਗਿਆ। ਜਦੋਂ ਵੀ ਮੈਨੂੰ ਗੱਲ ਦਾ ਪਤਾ ਲੱਗਿਆ, ਦੱਸੀ ਕਿਸੇ ਬੰਦੇ ਨੇ, ਮੇਰੇ ਦਿਮਾਗ 'ਚ ਪਹਿਲੀ ਗੱਲ ਤੁਹਾਡੀ ਆ ਗਈ, ਇਹ ਕੰਮ ਉਹੀ ਕਰ ਸਕਦੇ ਆ। ਬਾਈ ਇਹ ਗੱਲ ਦੱਸੀ ਵੈਸੇ ਤੁਹਾਨੂੰ ਕਿਹਨੇ ਆ? ਮੈਨੂੰ ਵੀ ਕੋਈ ਬੰਦਾ ਦੱਸਿਆ, ਖਾਸ ਬੰਦੇ ਸੀ ਆਪਣਾ, ਉਹਨੇ ਦੱਸੀ ਸੀਗੀ। ਗਰੋਹ ਬਾਰੇ ਨਹੀਂ ਕੁਛ ਪਤਾ ਲੱਗਾ ਵੀ? ਨਾ ਨਾ ਨਾ, ਉਹਦਾ ਇਹ ਜਾਣਕਾਰੀ ਨਹੀਂ, ਅਸਾਂ ਇੰਨੀ ਗੱਲ ਜਾਣਕਾਰੀ ਹੈ ਪਿੰਡਾਂ 'ਚ ਕੁੜੀਆਂ ਜ਼ਿਆਦਾ ਗਾਇਬ ਹੋ ਗਈਆਂ, ਵੀ ਜਾਂਦੇ ਆ ਕਿੱਥੇ, ਫਿਰ ਇਹਦਾ ਮਤਲਬ ਤਾਂ ਕਹਿੰਦਾ ਇਹ ਬਣ ਗਿਆ ਵੀ ਕੋਈ ਗਰੋਹ ਆ ਜਿਹੜੇ ਜਿਹੜਾ ਕੁੜੀਆਂ ਨੂੰ ਸਮਝਾ ਬੁਝਾ ਕੇ ਲੈ ਜਾਂਦੇ। ਅੱਛਾ, ਕੋਈ ਨਹੀਂ, ਮੈਂ SHO ਸਾਹਿਬ ਨੂੰ ਫੋਨ ਕਰਦੀ ਹਾਂ। ਅਤੇ ਜਿਹੜੀਆਂ ਕੁੜੀਆਂ ਗਈਆਂ ਗੀਆਂ ਉਹ ਵੀ ਗਰੀਬ ਘਰ ਦੀਆਂ ਗਈਆਂ ਜੀ। ਅੱਛਾ, ਹਾਂ, ਇਹ ਵੀ ਸੋਚਣ ਵਾਲੀ ਗੱਲ ਆ। ਜਿਹੜੇ ਬੰਦੇ ਨੇ ਮਾੜਾ ਕੰਮ ਨਾ ਕੀਤਾ ਹੋਵੇ ਨਾ, ਉਹ ਬੰਦੇ ਨੂੰ ਟੈਨਸ਼ਨ ਹੋਊਗੀ ਹੋਊਗੀ ਜੀ। ਇਹਨਾਂ ਨੇ ਹੁਣ ਪਤਾ ਸਾਰੀ ਜ਼ਿੰਦਗੀ ਚੰਗੇ ਕੰਮ ਕੀਤੇ ਆ, ਤੇ ਫਿਰ ਚੰਗੇ ਵਾਲੇ ਇਹੋ ਕੰਮ ਦੀ ਟੈਨਸ਼ਨ ਹੋਊਗੀ ਹੋਊਗੀ। ਗੱਲ ਇਹ ਹੁੰਦੀ ਆ, ਆਹ ਦੇਖ ਕਿਹੜਾ ਉੱਤਰ ਨੇ ਜੇ ਨਾ, ਰੀਤ ਕੌਣ? ਰੀਤ ਜੀ ਨਹੀਂ ਕਈ ਵਾਰੀ ਚਿਹਰੇ ਨਾਲ ਚਿਹਰਾ ਮਿਲ ਜਾਂਦਾ ਸਰਦਾਰ ਜੀ,
ਬਾਕੀ ਇਹ ਕੁੜੀ ਸਾਡੀ ਦੂਰ ਦੀ ਰਿਸ਼ਤੇਦਾਰੀ ਚੋਂ ਆ। ਸਾਰੇ ਰਿਸ਼ਤੇਦਾਰੀ ਚੋਂ ਆ। ਇਹਦੇ ਨਾਲ ਦੀ ਕੁੜੀ ਸੀ। ਚਲ ਮੈਂ ਆ ਜਾਂਦਾ। ਕੀ ਗੱਲ ਹੋ ਗਈ ਜੀ? ਬਸ ਬਸ ਫੇਰ ਤਾਂ ਗੱਲ ਕਰਦੇ ਛੇੜੀ ਜੀ। ਮੈਂ ਤਾਂ ਬਸ ਫੇਰ ਵੀ ਦੱਸ ਦਿੰਦੇ ਜੇ ਕੋਈ ਮਦਦ ਕਰ ਸਕਦੀ ਆ ਮੈਂ। ਨਾ ਮਦਦ ਤਾਂ ਬਸ ਹੁਣ ਤੁਸੀਂ ਆਹੀ ਕਰ ਦਿਓ ਜੀ। ਆਹੀ ਬਹੁਤਾ। ਬਸ ਜਿਹੜੇ ਤੁਹਾਨੂੰ ਕਿਹਾ ਆਹ ਗੱਲ ਦਾ ਧਿਆਨ ਰੱਖ ਲਓ। ਇਹ ਤਾਂ ਹੁਣ ਤੁਸੀਂ ਗੱਲ ਛੱਡੋ ਸਾਰੀ। ਬਸ ਜਿਹੜਾ ਤੁਹਾਨੂੰ ਆਹ ਕੰਮ ਕਿਹਾ ਨਾ ਇਹ ਕੰਮ ਤੁਸੀਂ ਕਰ ਸਕਦੇ ਹੋ। ਹੋਰ ਇੱਥੇ ਕਰਨ ਵਾਲਾ ਕੋਈ ਨਹੀਂ ਤੁਹਾਨੂੰ। ਤੁਸੀਂ ਟੈਨਸ਼ਨ ਨਾ ਲਓ ਜੀ। ਮੈਡਮ ਸਾਰਾ ਕੰਮ ਸੰਭਾਲ ਲੈਣਗੇ। ਆਖਿਰਕਾਰ ਮੈਡਮ ਜੀ ਆਹੀ ਕੰਮ ਕਰਦੇ ਆ ਸਾਰੇ। ਹਰੇਕ ਦੀ ਮਦਦ ਕਰਨੀ। ਜੇ ਕੋਈ ਗਰੀਬ ਪਰਿਵਾਰ ਕੁੜੀਆਂ ਨੇ ਵਿਆਹ ਕਰਨੇ ਨੇ ਤੇ ਇਹ ਕੰਮ ਕਿਉਂ ਨਹੀਂ ਏਡਾ ਵੱਡਾ ਕਰਨਗੇ ਮੈਡਮ? ਸਹੀ ਗੱਲ ਹੈ ਜੀ ਤੁਹਾਡੀ। ਸਹੀ ਗੱਲ ਆ। ਤਾਂ ਹੀ ਤੁਹਾਡੇ ਕੋਲ ਆਇਆ। ਨਹੀਂ ਬੰਦੇ ਤਾਂ ਹੋਰ ਬਥੇਰੇ ਵਾਜਦੇ ਸੀ। ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਇਹੋ ਜਿਹਾ ਕੰਮ ਹਰ ਕੋਈ ਨਹੀਂ ਕਰ ਸਕਦਾ। ਇਹ ਵੀ ਕਹਿੰਦੇ ਨਾ ਦਿਲ ਚਾਹੀਦਾ ਹੈਗਾ। ਇਹਨਾਂ ਨੂੰ ਕਹਿਤਾ ਹੁਣ ਆਹ ਦੇਖੋ ਮਾੜੀ ਜਿਹੀ ਗੱਲ ਕਹੀ ਸੀ ਕਿਵੇਂ ਇਹਨਾਂ ਚਿਹਰਾ ਉਤਰ ਗਿਆ। ਮੰਨ ਕੇ ਇਹਨਾਂ ਦੇ ਮਨ 'ਤੇ ਬੋਝ ਮੈਨੂੰ ਬੋਝ ਹੀ ਪੈ ਗਿਆ ਅਤੇ ਵੀ ਇਹ ਕੀ ਹੋ ਜਾਂਦਾ ਆਪਣੇ ਪੰਜਾਬ 'ਚ। ਇਹ ਤਾਂ ਤੁਸੀਂ ਬਹੁਤ ਵਧੀਆ ਕੀਤਾ ਜੀ। ਤੁਸੀਂ ਆਏ ਵੀ ਬਿਲਕੁਲ ਸਹੀ ਜਗ੍ਹਾ 'ਤੇ ਹੋ ਕਿਉਂਕਿ ਹੋਰ ਕੋਈ ਮਦਦ ਕਰ ਹੀ ਨਹੀਂ ਸਕਦਾ। ਹੁਣ ਮੈਡਮ ਸਾਰਾ ਕੰਮ ਸੰਭਾਲ ਲੈਣਾ। ਬਥੇਰਾ ਪਤਾ ਲਵਾ ਲੂੰਗੀ ਪਰ ਰੱਖੇ ਵਿੜਕ ਬਸ ਤਾਂ ਸਾਕੇ ਤੁਹਾਡੇ ਕੋਲ ਦੱਸਣਾ ਹੈ ਪਹਿਲਾਂ ਡੀਐਸਪੀ ਸਾਹਿਬ ਨੇ ਜੀ। ਨਾ ਨਾ ਮੈਨੂੰ ਪਤਾ ਜੀ ਦੁੱਖ ਹੋਇਆ ਮੁੱਖ ਮੰਤਰੀ ਤੱਕ ਵੀ ਅਸੀਂ ਪਹੁੰਚ ਕਰਾਂਗੇ। ਤਾਂ ਹੀ ਤੁਹਾਡੇ ਕੋਲ ਚੱਲ ਕੇ ਆਏ ਜੀ। ਤੁਹਾਡਾ ਕੱਪੇ ਹੱਥ ਦਾ ਕੰਮ ਆਗਾ। ਠੀਕ ਹੈ ਜੀ। ਠੀਕ ਹੈ ਨਾ। ਚਲੋ ਠੀਕ ਹੈ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੇ ਕਿਸੇ ਮਦਦ ਦੀ ਲੋੜ ਹੋਈ ਬਾਈ ਸਾਹਿਬ ਦੱਸ ਦਿਓ। ਕੋਈ ਗੱਲ ਨਹੀਂ ਜੀ। ਪਹਿਲਾਂ ਵੀ ਤੁਸੀਂ ਸਾਡੇ ਨਾਲ ਖੜੇ ਹੋ ਹੁਣ ਵੀ ਨਾਲ ਖੜੇ ਹੋ। ਇੰਨਾ ਤਾਂ ਬਹੁਤ ਆ ਜਿੰਨਾ ਤੁਸੀਂ ਕਰੀ ਜਾਂਦੇ ਹੋ ਜੀ। ਇੰਨਾ ਤਾਂ ਕੋਈ ਕਰਦਾ ਨਹੀਂਗਾ। ਠੀਕ ਹੈ। ਤੁਸੀਂ ਬਹੁਤ ਵਧੀਆ ਕੰਮ ਕਰੀ ਜਾਂਦੇ ਹੋ ਤੇ ਨਾਲੇ ਇਦੋਂ ਵਧੀਆ ਕੰਮ ਕਿਹੜਾ ਕਰ ਦੂਗਾ ਜੀ। ਧੰਨਵਾਦ। ਬਸ ਆਹ ਕੰਮ ਆ ਇਹਦੀ ਮਾੜੀ ਨਿਗਾਹ ਮਾਰ ਲਿਓ। ਜੇ ਕੋਈ ਨਿਗਾਹ 'ਚ ਆ ਗਿਆ ਤਾਂ ਕਹਿੰਦੇ ਹੁੰਦੇ ਕਿਸੇ ਗਰੀਬ ਘਰ ਦੀ ਕੁੜੀ ਧੀ ਧਿਆਣੀ ਆਪਦੇ ਘਰੇ ਜਾਂਦੀ ਹੋ ਜੂਗੀ। ਹਾਂਜੀ ਹਾਂਜੀ ਜ਼ਰੂਰ ਸੀ। ਠੀਕ ਹੈ ਜੀ। ਚਲੋ ਠੀਕ ਹੈ ਜੀ। ਧੰਨਵਾਦ ਜੀ। ਧੰਨਵਾਦ ਜੀ। ਰੋਣੀ ਤੈਨੂੰ ਕਿਹਨੇ ਕਿਹਾ ਸੀ ਰੀਤ ਇੱਥੇ ਆਈ ਕਿੱਦਾਂ ਸਾਡੇ ਰੂਮ 'ਚ? ਉਹਨੂੰ ਤੂੰ ਸਮਝਾ ਕੇ ਨਹੀਂ ਸੀ ਆਈ? ਮੈਡਮ ਜੀ ਮੈਂ ਉਹਨੂੰ ਸਮਝਾ ਕੇ ਆਈ ਸੀ। ਮੈਂ ਉਹਨੂੰ ਕਹਿ ਕੇ ਆਈ ਸੀ ਵੀ ਰੁਕ ਕੇ ਆਉਣਾ ਹੁਣ ਹੀ ਨਹੀਂ ਆਉਣਾ। ਔਰ ਦੇਖ ਲੈ ਤੇਰੇ ਪਤੰਦਰ ਨੇ ਪਛਾਣ ਲਿਆ ਜੇ ਬਾਹਰ ਜਾ ਕੇ ਗੱਲ ਕਰਤੀ ਖਰੇ ਕੀ ਕਰੂਗਾ ਕਿਹੜੇ ਨਿਊਜ਼ ਪੇਪਰ ਵਿੱਚ ਨਾ ਆ ਜਾਵੇ। ਉਹ ਤਾਂ ਆਪਾਂ ਨੇ ਗੱਲ ਸੰਭਾਲ ਲਈ ਵੀ ਸਾਡੀ ਰਿਸ਼ਤੇਦਾਰ ਹੈ। ਦਾਨੀਆਂ ਗੱਲਾਂ ਸੰਭਲਦੀਆਂ ਨਹੀਂ ਹੁੰਦੀਆਂ ਰਾਣੀ। ਤੂੰ ਐਡੀ ਵੱਡੀ ਗਲਤੀ ਕਰ ਕੇ ਨਾ ਗਈ। ਮੈਡਮ ਜੀ ਇਹਨੂੰ ਮੈਂ ਬਹੁਤ ਕਹਿ ਕੇ ਸੀ ਵੀ ਬਾਅਦ ਚ ਆਉਣਾ ਬਾਅਦ ਚ। ਬਸ ਮੇਰੀ ਇੱਕ ਗਲਤੀ ਰਹਿ ਗਈ ਕਿ ਮੈਂ ਬਾਹਰੋਂ ਮੁੰਡਾ ਨਹੀਂ ਲਾ ਕੇ ਆਈ। ਤੂੰ ਐਡੀ ਵੱਡੀ ਗਲਤੀ ਕਰ ਕਿਵੇਂ ਦਿੱਤੀ ਰਾਣੀ? ਪਤਾ ਨਹੀਂ ਹੁਣ ਕੀ ਹੋਊਗਾ ਕੀ ਨਹੀਂ। ਇਹ ਜਿਹੜਾ ਨਵਾਂ SHO ਆਇਆ ਮੈਂ ਗੁਰਚਰਨ ਨੂੰ ਕਹਿ ਤਾਂ ਦਿੱਤਾ ਵੀ SHO ਨਾਲ ਗੱਲ ਕਰੂੰਗੀ ਪਰ ਇਹ ਤਾਂ ਹਜੇ ਅੱਖ ਨਾਲ ਅੱਖ ਨਹੀਂ ਮਿਲਾਉਂਦਾ ਤੇ ਇੱਕ ਵਾਰ ਵੀ ਆਪਣੇ ਅੱਡੇ 'ਤੇ ਆਇਆ ਨਹੀਂ ਹਜੇ। ਜੇ ਇੱਕ ਵਾਰ ਵੀ ਆਪਣੇ ਅੱਡੇ 'ਤੇ SHO ਆ ਜਾਂਦਾ ਨਾ ਮੈਂ ਕਾਣਾ ਕਰਕੇ ਭੇਜਣਾ ਸੀ ਅਤੇ ਫਿਰ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸੀ। ਪਰ ਗੱਲ ਤਾਂ ਇਹ ਆ ਵੀ ਹੁਣ SHO ਵੀ ਕਿਸੇ ਵੀ ਟਾਈਮ ਇੱਥੇ ਆ ਸਕਦਾ। ਇਹ ਬੰਦੇ ਦਾ ਵੀ ਪਤਾ ਨਹੀਂ ਵੀ SHO ਨੂੰ ਕਦੋਂ ਮਿਲ ਲਵੇ ਜਾ ਕੇ ਕਦੋਂ ਨਹੀਂ। SHO ਐ ਨਹੀਂ ਆਉਣ ਵਾਲਾ। SHO ਨੇ ਤਾਂ ਦੋ ਵਾਰੀ ਰਾਣੀ ਮੇਰਾ ਫੋਨ ਵੀ ਨਹੀਂ ਚੱਕਿਆ। ਮੈਨੂੰ ਉਹ ਸੰਤਰੀ ਦੱਸਦਾ ਸੀ ਵੀ ਬਾਲਾ ਅੜਬਸਵਾਹ ਚੱਕੀ ਫਿਰਦਾ। ਪਤਾ ਨਹੀਂ ਹੁਣ ਕੀ ਹੋਊਗਾ ਕੀ ਨਹੀਂ। ਮੈਨੂੰ ਤਾਂ ਟੈਨਸ਼ਨ ਹੀ ਪੈ ਗਈ। ਤੁਸੀਂ ਫਿਕਰ ਨਾ ਕਰੋ ਮੈਡਮ ਜੀ, ਆ ਟੈਨਸ਼ਨ ਤਾਂ ਬਿਲਕੁਲ ਹੀ ਨਾ ਕਰੋ।
ਉਸ ਪੁਲਸੀਏ ਨਾਲੋਂ ਕੱਬਾ ਸੁਭਾਅ ਤਾਂ ਨਾ ਤੁਸੀਂ ਚੱਕੀ ਫਿਰਦੇ ਹੋ, ਨਾਲੇ ਉਹ ਐਸ ਐਚ ਓ ਤੇਰਾ ਕੀ ਵਿਗਾੜ ਦੂ? ਕੁਛ ਨਹੀਂ ਵਿਗਾੜ ਸਕਦਾ, ਕੁਛ ਨਹੀਂ ਵਿਗਾੜ ਸਕਦਾ, ਪਰ ਜਦੋਂ ਉਹ ਇੱਥੇ ਆ ਗਿਆ ਨਾ ਇੱਕ ਵਾਰੀ, ਫਿਰ ਤਾਂ ਕੁਛ ਨਹੀਂ ਵਿਗਾੜ ਸਕਦਾ। ਪਰ ਇਹ ਬੰਦੇ ਦਾ ਗੁਰਚਰਨ ਦਾ ਮੈਨੂੰ ਸੁਰੀਤ ਨੂੰ ਪਛਾਣਨਾ ਚੰਗਾ ਨਹੀਂ ਲੱਗਾ। ਪਤਾ ਨਹੀਂ ਹੁਣ ਕੀ ਹੋਣਾ ਕੀ ਨਹੀਂ, ਮੈਂ ਇੰਨਾ ਕਦੀ ਵੀ ਨਹੀਂ ਡਰੀ। ਮੈਡਮ ਜੀ ਟੈਨਸ਼ਨ ਨਾ ਲਓ, ਹੌਲੀ ਹੌਲੀ ਗੁਰਚਰਨ ਨੂੰ ਵੀ ਆਪਣੇ ਪੰਜੇ 'ਚ ਲੈ ਲਿਓ। ਗੁਰਚਰਨ ਮੇਰੇ ਪੰਜੇ 'ਚ ਆਉਣ ਵਾਲਾ ਨਹੀਂ, ਬਾਕੀ ਦੇਖਦੇ ਹਾਂ ਕੀ ਹੁੰਦਾ ਕੀ ਨਹੀਂ। ਕਰਦੀ ਹਾਂ ਮੈਂ ਗੱਲ ਕਿਸੇ ਨਾਲ। ਬੀ ਪੀ ਦੀ ਗੋਲੀ ਲਿਆ ਕੇ ਦੇਵਾਂ? ਰਾਣੀ ਹੁਣ ਤਾਂ ਗੋਲੀ ਨੇ ਵੀ ਨਹੀਂ ਕੰਮ ਕਰਨਾ, ਹੁਣ ਤਾਂ ਮੇਰਾ ਦਿਮਾਗ ਹੀ ਕੰਮ ਕਰੂ ਵੀ ਇਹ ਗੁਰਚਰਨ ਨੂੰ ਆਪਣੇ ਰਸਤੇ 'ਚੋਂ ਹਟਾਉਣਾ ਕਿਵੇਂ ਆ। ਕਿਉਂਕਿ ਜਿਹੜਾ ਬੰਦਾ ਮੇਰੇ ਅੱਡੇ ਦਾ ਭੇਤ ਪਾ ਗਿਆ ਨਾ, ਮੈਂ ਉਹਨੂੰ ਜਿਉਂਦਾ ਨਹੀਂ ਛੱਡ ਸਕਦੀ। ਕਿਤੇ ਨਾ ਕਿਤੇ ਰੀਤ ਜਦੋਂ ਗਾਇਬ ਹੋਈ ਆ ਨਾ, ਇਹਨੂੰ ਪਤਾ ਹੈ, ਅਤੇ ਅਚਾਨਕ ਅੱਜ ਰੀਤ ਨੂੰ ਦੇਖ ਕੇ ਇਹਨੇ ਰੀਤ ਨੂੰ ਪਹਿਚਾਣ ਲਿਆ। ਇਹ ਚੁੱਪ ਬੈਠਣ ਵਾਲਾ ਬੰਦਾ ਨਹੀਂ, ਇਹ ਕਰੂਗਾ ਕੁਛ ਨਾ ਕੁਛ। ਬਸ ਤੂੰ ਇਹਨੂੰ ਰਸਤੇ 'ਚੋਂ ਹਟਾਉਣ ਦੀ ਤਿਆਰੀ ਕਰ। ਮੈਡਮ ਜੀ ਜਦੋਂ ਨੂੰ ਇਹ ਕੁਛ ਨਾ ਕੁਛ ਕਰੇ, ਉਸ ਤੋਂ ਪਹਿਲਾਂ ਰਸਤਾ ਸਾਫ਼। ਚੱਲ ਠੀਕ ਹੈ। ਕੀ ਪੁੱਛ ਰਿਹਾ ਜੀ? ਮੈਂ ਵੀ ਬਸ ਇੱਥੇ ਕੰਮ ਕਰਦੇ। ਹਾਂ ਹਾਂ ਕੰਮ ਕਰਦਾ। ਮੈਨੂੰ ਗੱਲ ਦੱਸ ਸਕਦਾ ਤੂੰ? ਪੁੱਛੋ। ਜਿਹੜੀ ਆ ਕੁੜੀ ਕੰਮ ਕਰਦੀ ਹੈ, ਤੂੰ ਰੀਤ ਹੈ, ਇਹਦਾ ਨਾਂ ਰੀਤ ਹੀ ਹੈ ਨਾ? ਹਾਂ ਜੀ ਹਾਂ ਰੀਤ ਹੈ। ਮੈਡਮ ਨੇ ਮੈਨੂੰ ਐਂ ਕਿਉਂ ਕਿਹਾ ਵੀ ਇਹ ਰੀਤ ਨਹੀਂ ਸਾਡੇ ਰਿਸ਼ਤੇਦਾਰੀ 'ਚੋਂ? ਤੁਸੀਂ ਮੇਰੀ ਗੱਲ ਸੁਣੋ, ਮੈਂ ਵੀ ਇੱਥੇ ਕੋਈ ਮਜ਼ਬੂਰ ਬੰਦਾ, ਕਿਉਂਕਿ ਮੈਨੂੰ ਵੀ ਕੋਈ ਲਾਲਚ ਦੇ ਕੇ ਨਾ ਇਹਨਾਂ ਨੇ ਇੱਥੇ ਰੱਖ ਲਿਆ, ਮੈਨੂੰ ਕੈਦ ਕਰ ਲਿਆ। ਕੈਦ ਕਰ ਲਿਆ? ਹਾਂ, ਸਾਰੀ ਮੇਰੀ ਜ਼ਮੀਨ 'ਤੇ ਕਬਜ਼ਾ ਕਰ ਲਿਆ। ਜਿਹੜੀ ਆ ਮੈਡਮ ਇਹ ਕੰਮ ਕਰਦੀ ਹੈ? ਹਾਂ, ਇਹ ਮੈਡਮ ਦੇਖਣ ਨੂੰ ਤਾਂ ਹੋਰ ਲੱਗਦੀ ਹੈ, ਇਹ ਵਿੱਚੋਂ ਕੁਛ ਹੋਰ ਹੈ। ਅੱਛਾ, ਜਿਹੜਾ ਮੈਂ ਕੰਮ ਭਾਲਦਾ ਫਿਰਦਾ ਗੁਰੂ, ਤਾਂ ਇਹ ਆ ਕੇ ਕਰ ਬੈਠੀ ਆ। ਮੈਂ ਜਦੋਂ ਇਹਨੂੰ ਨਾਲ ਇੱਥੇ ਵੀ ਆਪਣੇ ਇੱਥੇ ਗਰੋਹ ਆਇਆ ਗਾ, ਇੱਕਦਮ ਹੀ ਇਹ ਸਾਧੂ ਹੋ ਗਈ। ਮੈਂ ਤਾਂ ਆਖਾਂ ਕਿਤੇ ਦੂਜੀ ਲੋਕ ਟੈਨਸ਼ਨ ਲੈ ਗਈ ਵੀ ਇਹਨੂੰ ਸਾਧੂਆਂ ਪਹੁੰਚਿਆ ਵੀ ਆਪਣੇ ਪੰਜਾਬ 'ਚ ਆਹ ਕੰਮ ਚੱਲ ਰਿਹਾ, ਅਤੇ ਮੈਨੂੰ ਕੀ ਪਤਾ ਗਾ ਵੀ ਦੂਜੀ ਲੋਕ ਚੱਲ ਗਈ ਵੀ ਆ ਕੇ ਸਾਰਾ ਕੰਮ ਕਰੀ ਜਾਂਦੀ ਹੈ। ਕੀ ਪੁੱਛ ਲਿਆ ਬਾਈ ਜੀ? ਇਹ ਕੁੜੀਆਂ ਬਾਹਰ ਲਿਆਉਂਦੀ ਹੈ ਅਤੇ ਬਾਹਰ ਸਪਲਾਈ ਕਰਦੀ। ਹੁਣ ਇੱਥੇ ਹੋਰ ਵੀ ਕੁੜੀਆਂ ਹੈਗੀਆਂ? ਹਾਂ ਹੈਗੀਆਂ ਕੁੜੀਆਂ। ਇੱਕ ਕੁੜੀਆਂ ਲਿਆ ਕੇ ਬਾਹਰ ਭੇਜ ਦਿੰਦੀ? ਹਾਂ ਠੀਕ ਹੈ ਠੀਕ ਹੈ। ਬਹੁਤ ਪੈਸੇ ਲੈਂਦੀ ਹੈ, ਮੰਨ ਕੇ ਚੱਲ ਗਰੀਬ ਕੁੜੀਆਂ ਨੂੰ ਕੱਢੋ ਬਾਹਰ ਬਾਈ ਜੀ। ਠੀਕ ਹੈ।
ਚੱਲ ਹੁਣ ਤਾਂ ਕੋਈ ਹੱਲ ਕਰ ਦਿੱਤਾ ਹਾਂ ਬਈ ਮੈਨੂੰ ਕੁੜੀਆਂ ਨਾਲ ਮਿਲਾ ਸਕਦਾ ਹਾਂ ਨਾ ਨਾ ਬਾਈ ਮੈਂ ਕੁੜੀਆਂ ਨੂੰ ਮਿਲਾ ਸਕਦਾ ਉਹ ਇੰਨਾ ਕੰਮ ਡਰ ਜਾਂਦਾ ਹੁਣ ਤਾਂ ਮੈਂ ਤੇਰੇ ਨਾਲ ਹੁਣ ਤੂੰ ਕਿਉਂ ਡਰਦਾ ਇੰਨਾ ਤਾਂ ਕੀ ਮਜਾਲ ਜੇ ਇਹਨਾਂ ਨੂੰ ਪਤਾ ਵੀ ਲੱਗਦਾ ਮੈਂ ਖੜਾਂਗਾ ਇਹਨਾਂ ਦਾ ਕੀ ਮਜਾਲ ਤੈਨੂੰ ਕੁਛ ਕਹਿ ਦੇਣਗੇ ਆਹ ਗੱਲ ਨਾ ਤੂੰ ਦਿਮਾਗ 'ਚ ਰੱਖ ਵੀ ਮੈਨੂੰ ਕੁਛ ਕਹਿ ਦੇਣਗੇ ਨਾਲ ਹੀ ਮੈਂ ਤੈਨੂੰ ਲੈ ਕੇ ਜਾਊਂਗਾ ਉਹ ਇੰਨੀ ਕੁ ਆਪਾਂ ਵੀ ਪਹੁੰਚ ਰੱਖਦੇ ਹਾਂ ਉਹ ਮੈਡਮ ਦਾ ਤੁਹਾਨੂੰ ਪਤਾ ਨਹੀਂ ਉਹ ਬਸ ਪਤਾ ਨਹੀਂ ਸੀ ਪਹਿਲਾਂ ਨਹੀਂ ਪਤਾ ਸੀ ਨਹੀਂ ਪਤਾ ਸੀ ਹੁਣ ਮੈਨੂੰ ਪਤਾ ਲੱਗ ਗਿਆ ਨਾ ਹੁਣ ਨਾ ਤੂੰ ਡਰ ਇੱਕ ਵਾਰ ਮੇਰੇ ਕੁੜੀਆਂ ਨਾਲ ਮੇਰੇ ਪੈ ਤੈਨੂੰ ਵੀ ਨਾਲ ਹੀ ਲੈ ਜਾਓ ਉਸ ਤੋਂ ਬਾਅਦ ਮੈਂ ਜਾਣਾ ਮੇਰਾ ਕੰਮ ਲੈਣਾ ਮੈਂ ਵੀ ਮਾੜੀ ਮੋਟੀ ਹਸਤੀ ਨਹੀਂ ਕੋਈ ਮੈਂ ਬਸ ਸਮਝ ਮੇਰੇ ਸਮਝਣ 'ਤੇ ਇਹਨਾਂ ਨੂੰ ਕਿਉਂ ਫਰਕ ਹੈਗਾ ਮੈਂ ਤਾਂ ਐਂ ਹੋ ਗਿਆ ਵੀ ਇੰਨਾ ਪੈਸਾ ਦੇ ਜਾਂਦੇ ਆ ਗਰੀਬਾਂ ਦਾ ਭਲਾ ਕਰਦੇ ਪਰ ਮੈਨੂੰ ਕੀ ਪਤਾ ਲੱਗਾ ਵਿੱਚ ਇਹਨਾਂ 'ਚ ਇਹਦਾ ਕੋਈ ਹੋਰ ਆ ਚਲ ਠੀਕ ਹੈ ਬਾਈ ਜੀ ਇੱਕ ਵਾਰੀ ਮਿਲਾ ਦਿੰਦਾ ਜੇ ਤੁਸੀਂ ਕਹਿੰਦੇ ਹੋ ਹਾਂ ਤਾਂ ਮੈਂ ਤੁਹਾਨੂੰ ਮਿਲਾ ਦਿੰਦਾ ਆ ਜਾਓ ਕੁੜੀਆਂ ਉਸ ਕਮਰੇ 'ਚ ਨਹੀਂ ਆ ਜਾਓ ਸਰਪੰਚ ਆ ਜਾਓ ਬਾਈ ਜੀ ਆ ਜਾਓ ਆਹ ਕੁੜੀਆਂ ਨੇ ਵਿਚਾਰੇ ਤੁਸੀਂ ਇੱਥੇ ਕਿਵੇਂ ਫਸ ਗਏ ਬੋਲੋ ਮੈਨੂੰ ਦੱਸੋ ਪਹਿਲਾਂ ਘਰ ਦਾ ਕੰਮ ਕਰਨ ਵਾਸਤੇ ਆਈਆਂ ਸੀ ਸਾਨੂੰ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ 15-15-20 ਹਜ਼ਾਰ ਦੇਵਾਂਗੇ ਪਰ ਰਹਿਣਾ ਤੁਹਾਨੂੰ ਇੱਥੇ ਪਊ ਸਾਡਾ ਤਾਂ ਕੈਦੀ ਬਣਾ ਰੱਖਿਆ ਨਾ ਉਹ ਤਾਂ ਮੈਨੂੰ ਆਹ ਮੁੰਡੇ ਨੇ ਸਾਰਾ ਦੱਸਤਾ ਇਹਨਾਂ ਚਿਹਰੇ ਕੁੜੀਆਂ ਆਉਂਦੀਆਂ ਨੇ ਉਹ ਤਾਂ ਵਿੱਚ ਕੁੜੀਆਂ ਬਾਹਰ ਵੀ ਭੇਜ ਦਿੰਦੀ ਹੈ ਨਾਲ ਰੇਸ ਵੀ ਤੋੜ ਦਿੰਦੀ ਹੈ ਇਹਦਾ ਕੰਮ ਹੀ ਇਹ ਚਲੋ ਸ਼ੁਕਰ ਕਰੋ ਤੁਸੀਂ ਅਜੇ ਇੱਥੇ ਤਾਂ ਬੈਠੇ ਹੋ ਜੇ ਤੁਸੀਂ ਇਹਨਾਂ ਦੇ ਲਪੇਟ ਜਾਂਦੇ ਆ ਹੁਣ ਤਾਂ ਕਿੱਦਾਂ ਹੀ ਤੋਰੇ ਹੁੰਦੇ ਤੁਸੀਂ ਐਂ ਕਰੋ ਤੁਸੀਂ ਮੇਰੇ ਨਾਲ ਚੱਲੋ ਮੈਨੂੰ ਤਾਂ ਲੱਗਦਾ ਜੀ ਵੇਚਦੀ ਜਲਦੀ ਲੱਗਦਾ ਉਹ ਚਲੋ ਇਹ ਗੱਲਾਂ ਬਾਅਦ 'ਚ ਕਰ ਲਿਓ ਕੀ ਕਰਦੇ ਆ ਕੀ ਨਹੀਂ ਕਰਦੇ ਆਪਾਂ ਕਿਹੜਾ ਮੋਹਰ ਲਵਾਉਣੀ ਆ ਤੁਸੀਂ ਐਂ ਕਰੋ ਤੁਸੀਂ ਮੇਰੇ ਨਾਲ ਚੱਲੋ ਫਿਰ ਆਪਾਂ ਦੇਖਦੇ ਹਾਂ ਕਿਹੜਾ ਕੁਛ ਬਣੂਗਾ ਬਾਈ ਲਿਜਾਣ ਵਾਸਤੇ ਲੈ ਕੇ ਜਾਓ ਨਹੀਂ ਜਾਣਦੇ ਸਾਰਿਆਂ ਨੂੰ ਇਕੱਠਾ ਕਰਕੇ ਮਾਰ ਦੂਗੀ ਮਾਰ ਕਰੀ ਜਾਂਦੇ ਤੁਸੀਂ ਉਹਨੂੰ ਨਹੀਂ ਜਾਣਦੇ ਤੁਸੀਂ ਫਿਰ ਮੈਨੂੰ ਵੀ ਨਹੀਂ ਜਾਣਦੇ ਮਾਰ ਕਰੀ ਜਾਂਦੇ ਤੁਸੀਂ ਮੇਰੇ ਨਾਲ ਤਾਂ ਤੁਰੋ ਕਿਹੜਾ ਮੈਂ ਜਾ ਕੇ ਪੁੱਛਦਾ ਨੂੰ ਵੀ ਆਹ ਕੰਮ ਕਰਦੇ ਤੁਸੀਂ ਫਿਰ ਉਹਨੂੰ ਪਤਾ ਲੱਗੂਗਾ ਤੁਹਾਨੂੰ ਗਲਤ ਫਹਿਮੀ ਹੋ ਗਈ ਜੀ ਜੇ ਮੈਨੂੰ ਗਲਤ ਫਹਿਮੀ ਆ ਤੁਸੀਂ ਦੱਸ ਦਿਓ ਕੰਮ ਜੇ ਤੂੰ ਵੀ ਦੱਸ ਦੇ ਨਹੀਂ ਭਾਈ ਸਾਹਿਬ ਇੱਦਾਂ ਨਾ ਇੱਥੇ ਝਾੜੂ ਪੋਚਾ ਖਾਣਾ ਖੂਣਾ ਬਣਾਉਣਾ ਉਹ ਕੰਮ ਕਰਦੀਆਂ ਨੇ ਠੀਕ ਹੈ ਇੰਨਾ ਝੂਠ ਮਾਰਦੀ ਉਹਨੂੰ ਸੁਣ ਸ਼ਰਮ ਆਉਣੀ ਚਾਹੀਦੀ ਹੈ ਐਡੇ ਚੰਗੇ ਭਲੇ ਘਰ ਤੋਂ ਲੱਗਦੀਆਂ ਤੁਸੀਂ ਆਹੀ ਲੈ ਕੇ ਆਈ ਸੀ ਸਾਨੂੰ ਕਹਿੰਦੀ ਆ ਜਾ ਮੈਂ ਹੀ ਦਵਾਉਣੀ ਆ ਕੰਮ ਉਹ ਤਾਂ ਭਾਈ ਮੈਂ ਦੇਖ ਲਿਆ ਸਾਰਾ ਕੁਝ ਪਤਾ ਲੱਗ ਗਿਆ ਮੈਨੂੰ ਆ ਦੇਖ ਬਾਕੀ ਦੇਖਣ ਚ ਲੈ ਨਾ ਉਹ ਤਾਂ ਸਾਡਾ ਸਾਹ ਘੁੱਟਦੀ ਸੀ ਹੁਣ ਤੇਰੇ ਆਪਦੇ ਸਾਹ ਕਿਉਂ ਰੁਕਣ ਲੱਗ ਗਈ ਬੋਲ ਹੁਣ ਦੇਗਾ
ਹੁਣ ਤਾਂ ਪਸੀਨੇ ਆਉਣ ਲੱਗ ਗਏ ਦੋਨਾਂ ਜਾਣੀਆਂ ਨੂੰ। ਅਸੀਂ ਉੱਡ ਗਏ ਹੁਣ ਤਾਂ ਤਾਂ ਬਾਹਾਂ ਮੋਸਦੀਆਂ ਸੀ ਐਂ ਚੁੱਪੜੀਆਂ ਦਿੰਦੀਆਂ ਸੀ। ਸ਼ੁਕਰ ਕਰੋ। ਅੱਛਾ ਇੱਕ ਤਾਂ ਤੁਹਾਨੂੰ ਕੰਮ ਦਿਵਾਇਆ ਸੀ ਨਹੀਂ। ਹਾਂ 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 ਸ਼ਰਮ ਆਉਣੀ ਚਾਹੀਦੀ ਹੈ ਤੈਨੂੰ। ਕਿਹੜੇ ਕੰਮ ਦਿਵਾਉਣੀ ਐ ਤੁਸੀਂ? ਆਪਦੀ ਨਾ ਆ ਜ਼ਿੰਦਗੀ ਦੀ ਖੈਰ ਮੰਗੋ ਹੁਣ। ਅਸੀਂ ਪੁਲਿਸ ਨੂੰ ਫੋਨ ਕਰਤਾ। ਹਾਂ ਭਾਈ ਸਾਹਿਬ ਮੇਰੀ ਗੱਲ ਸੁਣੋ, ਜਿੰਨੇ ਜਿੰਨੇ ਤੁਸੀਂ ਕਹੋਗੇ ਨਾ ਮੈਂ ਉਹਨਾਂ ਨੇ ਪੈਸੇ ਦੇਣ ਨੂੰ ਤੁਹਾਨੂੰ ਤਿਆਰ ਆ। 5 ਲੱਖ, 10 ਲੱਖ, 15 ਲੱਖ, 20 ਲੱਖ, 20 ਲੱਖ ਸ਼ਿਕਾਇਤ ਨਾ ਮੇਰੀ ਕਰੋ ਪੁਲਿਸ ਕੋਲ ਭਾਈ ਸਾਹਿਬ। ਹੋਰ ਹੋਰ ਵਾਦਾ ਹੋਰ ਵਾਦਾ 20 ਲੱਖ ਨਾਲ ਕਿਸੇ ਕੁੜੀ ਦੀ ਤੁਸੀਂ ਇੱਜ਼ਤ ਮੋੜ ਦੋਗੇ? ਰੀਤਾ ਤੂੰ ਚੁੱਪ ਕਰ ਜਾ, ਹੁਣ ਇਹਨਾਂ ਦੀ ਵਾਰੀ ਆ। ਸਾਨੂੰ ਮਾਫ ਕਰ ਦਿਓ। ਆਹੋ ਮੈਂ ਵੀ ਤੁਹਾਡੇ ਮੂਰੇ ਬਹੁਤ ਹੱਥ ਬੰਨੇ ਸੀ ਤੇ ਮੇਰੀਆਂ ਬਾਹਾਂ ਮਰੋੜ ਮੋੜ ਕੇ ਛਿੜਦੀਆਂ ਸੀ ਉਹਦੇ ਦਾ ਤੁਸੀਂ ਬਹੁਤ ਝੋਲੀਆਂ ਅੱਡੀਆਂ ਸੀ ਜੀ ਅਸੀਂ ਬਸ ਤੇ ਪਾਈ ਸੀ ਨਾ ਵਾਸਤੇ ਹੁਣ। ਭਾਈ ਮਿੰਟ ਕਰਮੇ ਤੂੰ ਸਮਝ ਤੇ ਤੂੰ ਸਮਝਾ ਦੇ ਨਾ ਕਰਮਾ ਮੈਂ ਜਾਣਾ ਸੋਨੂੰ ਤੈਨੂੰ ਉਦੋਂ ਨਹੀਂ ਪਤਾ ਮੇਰੀ ਜ਼ਮੀਨ ਦੇ ਕਾਗਜ਼ ਮੋੜੋ ਪਹਿਲਾਂ ਨਾਲੇ ਕਾਗਜ਼ ਹਾਂ ਹਾਂ ਬਾਈ ਬਾਈ ਕੀ ਪੁੱਛਦਾ ਇਹਨਾਂ ਨੇ ਮੈਥੋਂ ਨਾ ਧੱਕੇ ਨਾਲ ਮੇਰੇ ਸਾਈਨ ਕਰਾਏ ਨੇ ਕਾਗਜ਼ਾਂ ਤੇ ਮੇਰੀ ਸਾਰੀ ਜ਼ਮੀਨ ਹੜਪ ਲਈ ਇਹਨਾਂ ਨੇ। ਅੱਛਾ ਜੀ ਹਾਂ ਇਹ ਵੀ ਕੰਮ ਕਰਦੇ ਆ ਬਾਈ? ਪੁੱਛਣਾ ਇਹ ਕੀ ਕੀ ਕਰਦੇ ਆ ਕੀ ਦੱਸੀ ਇਹਨੂੰ ਕਰਕੇ ਫੇਰ ਇਹ ਸਮਾਜ ਇਹ ਜੀ ਬਣੀਆਂ। ਹਾਂ ਵਾਹ ਕੀ ਬਾਤ ਹੈ ਮੋਟਾ ਮਾਲ ਖਾਂਦੀਆਂ ਦੋਨੇ ਜਾਣੀਆਂ। ਕੋਈ ਗੱਲ ਨਹੀਂ ਸ਼ੁਕਰ ਕਰ ਪੁੱਤ ਤੇਰੇ ਗੋਟਾ ਰੱਖਿਆ ਨੇ, ਜੇ ਰੱਖ ਲੈਂਦੀ ਤੇਰਾ ਬਣਨਾ ਵੀ ਕੁਛ ਨੀ ਸੀਗਾ। ਮੈਨੂੰ ਤਾਂ ਚੱਕਰ ਆਉਣ ਲੱਗ ਪਿਆ। ਬਰਾਬਰ ਦੀ ਹਿੱਸੇਦਾਰ ਹੈ ਮੇਰੇ ਘਰ ਨਹੀਂ, ਬਰਾਬਰ ਦੀ ਹਿੱਸੇਦਾਰ ਹੈ। ਅੱਜ ਬਹੁਤ ਕੁਛ ਹੋ ਗਿਆ ਕਰੋ ਇਹਦਾ, ਜਿਹੜੇ ਤੇ ਕਾਗਜ਼ ਆਉਂ ਦਿਓ ਮੁੜ ਕੇ, ਜਿਹੜਾ ਤੁਸੀਂ 25 ਲੱਖ ਕਹਿਣੇ ਆ ਆ ਕੁੜੀਆਂ ਇੰਨਾ ਚਲੇ ਗਿਆ ਉਹ ਦਿਓ, ਉਸ ਤੋਂ ਬਾਅਦ ਜੇ ਤੇ ਤਰਾ ਫੇਰ ਕਰਾਵਾਂਗੇ ਤੁਹਾਡੀ। ਇੰਨਾ ਵੀ ਕੁਛ ਮਿਲਣਾ ਚਾਹੀਦਾ ਇੰਨੇ ਨੇ ਟਾਈਮ ਲਾਤਾ? ਸਾਨੂੰ ਕੁਛ ਨਹੀਂ ਚਾਹੀਦਾ, ਸਾਨੂੰ ਸਾਡੀ ਇੱਜ਼ਤ ਚਾਹੀਦੀ ਹੈ। ਇੱਜ਼ਤ ਹੁਣ ਵਾਪਸ ਹੁੰਦੀ ਨਹੀਂ, ਆ ਪੈਸਾ ਤਾਂ ਲੈ ਕੇ ਜਾਣੇ ਆ, ਉਹ ਤਾਂ ਨਹੀਂ ਛੱਡਣਾ ਇੰਨਾ ਕੋਲ। ਬੋਲ ਹੁਣ ਅਸੀਂ ਪੈਸੇ ਦੇਣ ਨੂੰ ਤਿਆਰ ਆਂ ਜੀ, ਕੋਈ ਗੱਲ ਨਹੀਂ ਮੈਂ ਤਾਂ ਰਾਣੀ ਜਿੰਨੇ ਵੀ ਮੰਗਦੇ ਇਹਨਾਂ ਨੂੰ ਪੈਸੇ ਦੇ ਦੇ। ਮਗਰ ਮਾਸ ਦਾ ਹੰਝੂਣ ਸਾਡੇ ਮੂਹਰੇ ਨਾ ਲੇਖੋ। ਜਿਵੇਂ ਪਹਿਲਾਂ ਕਹਿੰਦੀ ਸੀ ਨਾ ਚੱਕ ਭਰ ਕੇ ਲੈ ਜਾ, ਹੁਣ ਇੱਕ ਪਹਿਲਾਂ ਚੱਕ ਭਰ, ਉਦੋਂ ਬਾਅਦ ਜੇਲ੍ਹ ਯਾਤਰਾ ਜਿਹੜੀ ਹੋਣੀ ਆ ਹੋਣੀ ਆ। ਇਹ ਤਾਂ ਕੋਈ ਇਨਸਾਫ ਨਹੀਂ। ਮੈਂ ਕਰ ਦੂੰਗੀ 25 ਰਾਤੀ ਦੇ ਜਿੰਨੇ ਅੱਛਾ 10 ਰੱਖ ਦੇ ਤਿੰਨਾਂ ਪਰ ਜੇਲ੍ਹ ਯਾਤਰਾ ਜੇਲ੍ਹ ਯਾਤਰਾ ਨਾ ਕਰਾਓ, ਉਹ ਤਾਂ ਹੋਊਗੀ ਤੁਹਾਡੀ ਹੁਣ ਸਰਪੰਚ ਸਾਹਿਬ। ਜੇਲ੍ਹ ਯਾਤਰਾ ਹੀ ਠੀਕ ਹੈ, ਉਹ ਜੇਲ੍ਹ ਯਾਤਰਾ ਤਾਂ ਆਪਾਂ ਕਰਾਉਣੀ ਕਰਾਉਣੀ ਆ, ਉਹ ਪੈਸਾ ਤਾਂ ਲੈਣੀ ਆ, ਇੰਨਾ ਟਾਈਮ ਲਾ ਗਿਆ। ਪੈਸਾ ਕੀ ਕਰੂਗਾ? ਲੈ ਕੇ ਪੈਸਾ ਕੀ ਕਰੂਗਾ? ਪੈਸੇ ਨਾਲ ਹੋ ਕੀ ਜਾਊਗਾ? ਤੇਰਾ ਸਰ ਜੂਗਾ। ਆ ਦੇਖ ਜਿਹੜੇ ਆ ਘਰੋਂ ਕੱਢਿਆ ਸੀ ਪੈਸੇ ਮਾਰ ਕੇ ਕੱਢਿਆ ਸੀ, ਪੈਸੇ ਮਾਰ ਕੇ ਫਸੀਆਂ, ਜਿੰਨੇ ਕੋਲ ਪੈਸਾ ਹੁੰਦਾ ਇੱਥੇ ਕਿਉਂ ਆਉਂਦੀਆਂ? ਹੁਣ ਇਹਨਾਂ ਨੂੰ ਇਹਨਾਂ ਦੀ ਚੀਜ਼ ਤਾਂ ਮਿਲਣੀ ਚਾਹੀਦੀ ਆ, ਆਪਾਂ ਕਿਹੜਾ ਮੁਕਤ ਲੈਨੇ ਆ, ਜਿਨ੍ਹਾਂ ਨੂੰ ਰੱਖਿਆ ਹੈਗਾ ਇੱਥੇ ਆ ਲੈਣੇ ਆ। ਮੈਂ ਕਹਿੰਨੀ ਆ ਸਾਨੂੰ ਪੈਸੇ ਸਰਪੰਚ ਸਾਹਿਬ ਫੋਨ ਖੜਾ ਫੋਨ ਖੋਲੋ ਜੀ ਇਹਨਾਂ ਦਾ, ਉਹ ਤਾਂ ਮੇਰੀ ਜਾਣਾ ਨਾ, ਫਾਂਸੀ ਹੋਣੀ ਚਾਹੀਦੀ ਆ। ਓਏ ਰੀਤਾ ਉਹ ਤਾਂ ਹੋਊਗਾ ਜੀ, ਸਾਰਾ ਕੁਝ ਹੋਊਗਾ, ਇਹਦੇ ਕਾਗਜ਼ ਵੀ ਪਾਸ ਕਰਾਵਾਂਗੇ ਜੇ ਆਪਾਂ ਐਂ ਕਹਿੰਦਾ, ਸਾਰੀ ਉਮਰ ਤਾਂ ਇਹ ਗੁਲਾਮੀ ਕਰੀ ਜਾਂਦਾ ਇੱਥੇ। ਅਸੀਂ ਤਾਂ ਇਹ ਹੁੰਦੇ ਕਸ ਨਾ ਤੇਰੇ ਅੱਗੇ ਆ ਡਰਾਮੇ ਨਾ ਕਰ, ਹੋਣਾ ਬਸ ਜੀ ਹੋ ਕੇ ਖੜ ਜਾ। ਚਲੋ ਕਿੱਥੇ ਇਹਨੇ ਕਾਗਜ਼ ਦਿਓ ਪਹਿਲਾਂ ਸਾਰੇ ਕੀ ਦਿੰਨੇ ਆ? ਹਾਂ ਇਹ ਤੇ ਕਾਗਜ਼ ਲਿਆ ਕੇ ਦਿਓ ਤੇ ਦੂਜਿਆਂ ਦਾ ਜਿਹੜੇ ਚੱਕ ਚੁੱਕਦੇ ਨੇ ਲਿਆਓ ਚੱਕ। ਅਸੀਂ ਬਾਹਰ ਬੈਠਦੇ ਆ ਤਿੰਨੇ, ਤੁਸੀਂ ਕਾਗਜ਼ ਪੱਤਰ ਲੈ ਕੇ ਫੇਰ ਹੀ ਨਿਕਲਿਓ ਸਰਪੰਚ ਸਾਹਿਬ, ਇਹਨਾਂ ਨੂੰ ਛੱਡਣਾ ਨਹੀਂ ਹੈਗਾ। ਨਾ ਨਾ ਕੋਈ ਨਹੀਂ, ਰੁਕ ਜਾ ਭੈਣ ਜੀ, ਤੇ ਜਿਵੇਂ ਸਾਡੀਆਂ ਬਾਹਾਂ ਮੋਸ ਕਰ ਦੋ ਨਾ ਆਈ ਮੋਸ ਕਰ, ਇਹਨਾਂ ਨੇ ਕਹਿੰਦਾ ਵੀ ਤਿਆਰ ਆ ਪਰ ਮੈਨੂੰ ਚੰਗਾ ਲੱਗਦਾ ਤੈਨੂੰ ਇਹ ਕੰਮ? ਚਲੋ ਕਿੱਥੇ ਆ ਗਈ?